देश दुनिया च वसते पंजाबियों नूं खुशामदीद। मैं हरजिंदर सिंह रंधावा, तुसीं देख रहे हो पंजाब टैलीविजन, और मेरे नाल सीनियर जर्नलिस्ट रजीव भास्कर जी और इंदरप्रीत जी। मैं जी आया, ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੱਲ ਜਦੋਂ ਭਾਖੜਾ ਨੰਗਲ ਡੈਮ ਤੋਂ ਪਾਣੀ ਛੱਡੇ ਜਾਣ ਦਾ ਜ਼ਿਕਰ ਸੀ ਤਾਂ ਉਸੇ ਵੇਲੇ ਪੰਜਾਬ ਦੇ ਅਫਸਰ ਕ੍ਰਿਸ਼ਨ ਕੁਮਾਰ ਨੇ ਫੈਸਲਾਕੁਨ ਰੋਲ ਪਲੇ ਕਰਦਿਆਂ ਲੱਤ ਡਾਰਤੀ। ਜਦੋਂ ਤੁਸੀਂ ਤੱਥਾਂ ਨਾਲ ਪੇਸ਼ ਹੁੰਦੇ ਹੋ ਤਾਂ ਫਿਰ ਫੈਸਲੇ ਵੀ ਬਿਹਤਰ ਹੋ ਜਾਂਦੇ ਆ। ਇਸੇ ਕਰਕੇ ਤਾਂ ਰੌਲਾ ਪੈਂਦਾ ਰਹਿੰਦਾ ਹੈ ਕਿ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਿਨ੍ਹਾਂ ਨੂੰ ਇੰਟਰਸਟੇਟ ਬਾਡੀ ਕਾਰਪੋਰੇਟ ਕਿਹਾ ਜਾਂਦਾ, ਉਹਦੇ ਵੱਡੇ ਭਾਈਵਾਲ ਦੇ ਹਿੱਸੇ ਵੱਡੇ ਅਹੁਦੇ ਹੋਣੇ ਚਾਹੀਦੇ ਆ। ਕਿਉਂ ਕਹਿੰਦੇ ਆ ਕਿ BBMP ਦੇ ਵਿੱਚ ਸਾਡਾ ਚੇਅਰਮੈਨ ਹੋਣਾ ਚਾਹੀਦਾ, ਨਾਜ਼ੁਕ ਮੌਕਿਆਂ ਤੇ ਉਹ ਤੁਹਾਡੀ ਤਰਜਮਾਨੀ ਕਰੇ, ਤੁਹਾਡੇ ਹੱਕ 'ਚ ਫੈਸਲੇ ਲਵੇ। ਸੋ ਇਹ ਮਾਮਲਾ 2 ਦਿਨ ਲਈ ਲਟਕ ਗਿਆ। 2 ਦਿਨ ਤੱਕ ਪੰਜਾਬ ਦਾ ਪਾਣੀ ਜੇ ਬਰਸਾਤ ਨਹੀਂ ਹੁੰਦੀ ਤਾਂ ਲਗਭਗ ਬਹੁਤਾ ਨਿੱਤਰ ਜਾਏਗਾ, ਨਿਕਲ ਜਾਏਗਾ, ਤੇ ਉਸ ਤੋਂ ਬਾਅਦ ਜੇ ਥੋੜਾ ਬਹੁਤਾ ਪਾਣੀ ਕਿਧਰੋਂ ਛੱਡਿਆ ਵੀ ਜਾਂਦਾ ਹੈ ਤਾਂ ਮੈਨੇਜੇਬਲ ਹੁੰਦਾ। ਸੋ ਕ੍ਰਿਸ਼ਨ ਕੁਮਾਰ ਨੇ ਇੱਕ ਵਾਰੀ ਫਿਰ ਦਿਖਾਇਆ ਕਿ ਜਿਹੜੇ ਚੰਗੇ ਅਫਸਰ ਨੇ ਉਹ ਠੀਕ ਮੌਕਿਆਂ ਦੇ ਉੱਤੇ ਲੜਨਾ ਜਾਣਦੇ ਨੇ। ਹੁਣ ਕੀ ਇਸੇ ਤਰ੍ਹਾਂ ਦੇ ਦੂਜੇ ਮਾਮਲੇ 'ਚ? ਮਾਮਲਾ ਚੰਡੀਗੜ੍ਹ ਦਾ ਹੈ। ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਨਵੀਂ ਵਿਧਾਨ ਸਭਾ ਬਣਾਉਣ ਲਈ 10 ਏਕੜ ਜ਼ਮੀਨ ਦਿੱਤੇ ਜਾਣ ਤੇ ਸਹਿਮਤੀ ਬਣ ਗਈ ਹੈ। ਹੁਣ ਕੌਣ ਇਸ ਮਾਮਲੇ 'ਚ ਕ੍ਰਿਸ਼ਨ ਕੁਮਾਰ ਬਣੇਗਾ? ਹੁਣ ਚੰਡੀਗੜ੍ਹ ਦੇ ਪ੍ਰਸ਼ਾਸਕ ਪੰਜਾਬ ਦੇ ਰਾਜਪਾਲ ਨੇ, ਉੱਥੋਂ ਦੀ ਅਫਸਰਸ਼ਾਹੀ ਸਾਰੀ ਦੀ ਸਾਰੀ ਰਾਜਪਾਲ ਦੇ ਥੱਲੇ ਕੰਮ ਕਰਦੀ ਹੈ। ਕੀ ਉੱਥੋਂ ਦੀ ਅਫਸਰਸ਼ਾਹੀ ਨੇ ਜਦੋਂ ਹਰਿਆਣੇ ਨੂੰ 10 ਏਕੜ ਜ਼ਮੀਨ ਦੇਣ ਦੇ ਬਦਲੇ 'ਚ ਪੰਚਕੂਲੇ 'ਚ 12 ਏਕੜ ਜ਼ਮੀਨ ਲੈਣ ਦਾ ਸਿਧਾਂਤਕ ਫੈਸਲਾ ਕਰ ਹੀ ਲਿਆ, ਤਾਂ ਫਿਰ ਪੰਜਾਬ ਦੇ ਤਰਜਮਾਨ ਕੌਣ ਨੇ ਜਿਹੜੇ ਇਸ ਮਾਮਲੇ 'ਚ ਖੜੇ ਹੋਣਗੇ? ਪੰਜਾਬ ਦਾ ਇਕੱਲਾ ਵਿਰੋਧ ਦਰਜ ਕਰਾਇਆ ਕਾਫੀ ਨਹੀਂ ਹੈ, ਇਹ ਗੱਲ ਲੀ ਪਾੜਨ ਦੀ ਹੈ, ਗੱਲ ਸਹੇ ਦੀ ਨਹੀਂ, ਗੱਲ ਪਏ ਦੀ ਆ। ਔਰ ਇਹ ਗੱਲ ਪਹਿਲਾਂ ਹਿਮਾਚਲ ਵੀ ਕਹਿ ਚੁੱਕਿਆ ਕਿ ਸਾਡਾ 9% ਤੋਂ ਵੱਧ ਹਿੱਸਾ ਬਣਦਾ, ਕਿਹਨੂੰ ਕਿਹਨੂੰ ਦਓਗੇ? ਸੋ ਮੈਂ ਇਹ ਮਾਮਲੇ ਨੂੰ ਅੱਗੇ ਵਧਾਉਣਾ ਹੈ। ਉਂਝ ਪੰਜਾਬ ਨੇ ਇਤਰਾਜ਼ ਦਰਜ ਕੀਤਾ ਹੈ ਕਿ ਹਰਿਆਣਾ ਗੈਰ ਜ਼ਿੰਮੇਵਾਰੀ ਤੋਂ ਕੰਮ ਲੈ ਰਿਹਾ, ਇੱਧਰ ਪਾਣੀ ਛੱਡ ਰਿਹਾ, ਗੱਲ ਘੱਗਰ ਵਾਲੇ ਮਾਮਲੇ ਦੀ ਹੋ ਰਹੀ ਆ। ਇਸੇ ਤਰ੍ਹਾਂ ਦੀ ਇੱਕ ਚਿੱਠੀ ਕੇਜਰੀਵਾਲ ਨੇ 2 ਦਿਨ ਪਹਿਲਾਂ ਅਮਿਤ ਸ਼ਾਹ ਨੂੰ ਲਿਖੀ ਸੀ ਕਿ ਜਮਨਾ ਦਾ ਪੱਧਰ ਪਾਣੀ ਦਾ ਵੱਧ ਰਿਹਾ, ਹਰਿਆਣੇ ਨੂੰ ਕਹੋ ਉਹ ਸੰਭਲ ਕੇ ਚੱਲੇ। ਖੈਰੇ ਰੌਲੇ ਨੇ। ਦੂਜਾ ਮਾਮਲਾ ਵੀ ਬਹੁਤ ਅਹਿਮ ਆ ਕਿ ਸੋਨੀਆ ਗਾਂਧੀ 17-18 ਦੀ ਪ੍ਰਸਤਾਵਿਤ UPA ਦੀ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ। ਹੁਣ ਇਹਨੂੰ UPA ਨਹੀਂ ਕਿਹਾ ਜਾਂਦਾ, ਇੱਕ ਭਾਜਪਾ ਵਿਰੋਧੀ ਇਕੱਠ ਹੋ ਰਿਹਾ ਜਿਹਦੇ ਵਿੱਚ ਸੋਨੀਆ ਗਾਂਧੀ, ਪਿਛਲੀ ਵਾਰੀ ਪਟਨਾ ਸਾਹਿਬ ਦੇ ਵਿੱਚ ਮਲਕਰਜਨ ਖੜਗੇ ਔਰ ਰਾਹੁਲ ਗਾਂਧੀ ਸ਼ਾਮਿਲ ਹੋਏ ਸੀ, ਇਸ ਵਾਰੀ ਸੋਨੀਆ ਗਾਂਧੀ ਹੋਣਗੇ। ਪਰ ਇਹਦੇ ਸਮਾਨਾਂਤਰ ਇੱਕ ਖਬਰ ਚੱਲਦੀ ਰਹੀ ਕਿ ਜਿਹੜੀ NDA ਦੀ ਮੀਟਿੰਗ 18 ਤਰੀਕ ਨੂੰ ਪ੍ਰਸਤਾਵਿਤ ਹੈ ਉਹਦੇ ਵਿੱਚ ਅਕਾਲੀਆਂ ਦੇ ਨਜ਼ਰੀਏ ਤੋਂ, ਹੁਣ ਸੁਖਦੇਵ ਸਿੰਘ ਢੀਂਡਸਾ ਕੋਈ ਘੱਟ ਅਕਾਲੀ ਤਾਂ ਹੈ ਨਹੀਂ, ਸੁਖਦੇਵ ਸਿੰਘ ਢੀਂਡਸਾ ਔਰ ਉਹਨਾਂ ਦੇ ਨੇੜਲੇ ਉਹਨਾਂ ਦੇ ਕੁਲੀਗ ਜਸਟਿਸ ਨਿਰਮਲ ਸਿੰਘ ਜਿਹੜੇ ਸਾਬਕਾ ਵਿਧਾਇਕ ਨੇ ਉਹ ਵੀ ਉਹਨਾਂ ਦੇ ਨਾਲ ਸ਼ਾਮਿਲ ਹੋਣਗੇ। ਕੀ ਇਹ ਕਿਸੇ ਨਵੇਂ ਗੱਠਜੋੜ ਦੀ ਕਨਸੋ ਹੈ ਜਾਂ ਸਿਰਫ ਇੱਕ ਸਿੱਖ ਚਿਹਰੇ ਵਜੋਂ ਢੀਂਡਸਾ ਪੇਸ਼ ਹੋ ਰਹੇ ਆ? ਇਹ ਸਵਾਲ ਵੀ ਕਾਫੀ ਅਹਿਮ ਆ। ਇਸੇ ਦਰਮਿਆਨ 'ਚ ਵੀ ਖਬਰ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੀ ਵਜ਼ਾਰਤ ਕੇਂਦਰੀ ਕੈਬਨਿਟ ਦੇ ਵਿੱਚ ਫੇਰ ਬਦਲ ਕਰ ਰਹੀ ਆ, ਕੁਝ ਮੰਤਰੀ ਸੰਗਠਨ 'ਚ ਲਿਆਂਦੇ ਜਾ ਰਹੇ ਆ ਔਰ ਕੁਝ ਲੋਕ ਜਿਹੜੇ ਉਹ ਵਾਪਸ ਕੇਂਦਰੀ ਮੰਤਰੀ ਬਣਾਏ ਜਾ ਰਹੇ ਆ। ਇਹ ਸਾਰੀਆਂ ਖਬਰਾਂ ਲੈਂਦੇ ਹਾਂ। ਆਖਿਰ ਦੇ ਵਿੱਚ ਆਖੇ GST 'ਚੋਂ ਪੰਜਾਬ ਨੂੰ ਬਾਹਰ ਆਉਣਾ ਚਾਹੀਦਾ, ਜਦੋਂ GST ਦਾ ਇਹ ਸਰੂਪ ਤੁਹਾਨੂੰ ਫਾਇਦਾ ਨਹੀਂ ਪਹੁੰਚਾ ਰਿਹਾ ਤਾਂ ਕੀ ਜਿਹੜੀ ਇਸ ਤਰ੍ਹਾਂ ਦਾ ਮੈਮੋਰੈਂਡਮ ਹੈ GST ਤੋਂ ਪਹਿਲਾਂ ਬਣਿਆ ਸਾਰਿਆਂ ਦੀ ਸਹਿਮਤੀ ਨਾਲ, ਕੀ ਉਹਦੇ 'ਚੋਂ ਬਾਹਰ ਨਿਕਲਣ ਵਾਲੀ ਮੱਦ ਨੂੰ ਕੋਈ ਪੰਜਾਬ ਅਪਲਾਈ ਕਰਨ ਦਾ ਯਤਨ ਕਰੇਗਾ, ਇਸ ਕਵਾਇਦ 'ਚ ਸ਼ਾਮਿਲ ਹੋਏਗਾ? ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਮੈਂ ਤੁਹਾਡੇ ਤੋਂ ਸਮਝਣਾ ਚਾਹੂੰਗਾ ਕਿ ਕੱਲ BBMB ਭਾਖੜਾ ਤੋਂ ਪਾਣੀ ਛੱਡੇ ਜਾਣ ਦਾ ਮਾਮਲਾ ਕਾਫੀ ਭਖਿਆ ਹੋਇਆ ਸੀ, ਫਿਰ ਖਬਰ ਆ ਗਈ ਕਿ ਉਹ ਸਹਿਮਤ ਹੋ ਗਿਆ ਪੰਜਾਬ ਦੇ ਇਤਰਾਜ਼ ਤੋਂ ਬਾਅਦ ਕਿ ਪਾਣੀ 2 ਦਿਨ ਬਾਅਦ ਛੱਡਿਆ ਜਾਊਗਾ। ਇਹਦਾ ਮਤਲਬ ਪਹਿਲਾਂ ਹੀ ਉੱਥੇ ਕਾਫੀ ਸਮਰੱਥਾ ਸੀ, 2-3 ਦਿਨ ਪਾਣੀ ਅਜੇ ਹੋਰ ਜਮ੍ਹਾਂ ਹੋ ਸਕਦਾ ਜੇ ਉੱਪਰੋਂ ਆ ਵੀ ਜਾਵੇ। ਸੋ ਕ੍ਰਿਸ਼ਨ ਕੁਮਾਰ ਦੇ ਰੋਲ ਨੂੰ ਇੱਕ ਵਾਰੀ ਉਹਦੀ ਵਿਆਖਿਆ ਜ਼ਰੂਰ ਦਿਓ। ਮਾਮਲੇ ਇਹੋ ਹੀ ਨੇ ਕਿ ਸਾਡੇ ਬੰਦੇ ਇਹਨਾਂ ਵੱਡੀਆਂ ਸੰਸਥਾਵਾਂ 'ਚ ਕਿਉਂ ਹੋਣੇ ਚਾਹੀਦੇ? ਰੰਧਾਵਾ ਸਾਹਿਬ, ਦੇਖੋ ਜਿਹੜੀ ਤੱਕ ਪਹਿਲੀ ਗੱਲ ਹੈਗੀ ਹੈ, ਸਾਨੂੰ ਸਮਝਣ ਦੀ ਲੋੜ ਹੈ ਕਿ ਪਾਣੀ ਛੱਡਿਆ ਕਿੱਥੋਂ ਜਾ ਰਿਹਾ, ਡੈਮ ਤੋਂ ਛੱਡਿਆ ਜਾ ਰਿਹਾ ਯਾਰ ਬੈਰਾਜ ਤੋਂ ਛੱਡਿਆ ਜਾ ਰਿਹਾ। ਐਕਚੁਅਲੀ ਡੈਮਾਂ ਦੇ ਵਿੱਚ ਹਜੇ ਤੱਕ ਬਹੁਤ ਸਮਰੱਥਾ ਹੈਗੀ ਆ। ਜੇ ਮੈਂ ਇਹਦੀ ਗੱਲ ਕਰਾਂ ਭਾਖੜਾ ਦੀ, ਜਿੱਥੋਂ ਕੱਲ ਦਾ ਚੱਲੀ ਆ ਰਿਹਾ ਸੀ, ਭਾਖੜਾ ਤੋਂ ਪਾਣੀ ਛੱਡ ਰਹੇ, ਭਾਖੜਾ ਤੋਂ ਪਾਣੀ ਛੱਡ ਰਹੇ, ਭਾਖੜਾ ਤੋਂ ਨਹੀਂ ਛੱਡ ਰਹੇ, ਥੱਲੇ ਜਿਹੜਾ ਨੰਗਲ ਬੈਰਾਜ ਹੈ ਉਸ ਤੋਂ ਪਾਣੀ ਛੱਡਿਆ ਜਾ ਰਿਹਾ। ਉੱਪਰ 1628 ਹੀ ਹੋਇਆ ਭਾਖੜਾ ਦਾ, ਤੇ ਜਦਕਿ 1685 ਤੱਕ ਅਸੀਂ ਜਾ ਸਕਦੇ ਹੁੰਦੇ ਹਾਂ। ਵੈਸੇ ਤਾਂ ਮਤਲਬ ਇਹ ਹੈ ਵੀ ਜੇ ਸਰਕਮਸਟਾਂਸਿਸ ਇਦਾਂ ਦੇ ਹੋਣ ਤਾਂ 90 ਤੱਕ ਵੀ ਉਹ ਜਾ ਸਕਦਾ, ਪਰ ਏਡਾ ਰਿਸਕ ਲੈਂਦੇ ਨਹੀਂ ਹੈ ਅਸੀਂ। 85 ਤੱਕ ਹੀ ਮਤਲਬ ਉਹਨੂੰ ਪੂਰਾ ਭਰਿਆ ਹੋਇਆ ਮੰਨਦਿਆਂ ਵੀ ਨੱਕੋ ਨੱਕ ਭਰ ਗਿਆ ਹੁਣ, ਤੇ ਜੇ ਇਸ ਤੋਂ ਵੱਧ ਭਰਨ ਦੀ ਜਦੋਂ ਗੱਲ ਆਉਂਦੀ ਹੈ ਤਾਂ ਅਸੀਂ ਬਲੱਡ ਗੇਟ ਖੋਲਦੇ ਹਾਂ ਤੇ ਉਹਦੀ ਜਿਹੜੀ ਉਹ ਹੈਗੀ ਹੈ ਸ਼ਮਤਾ ਉਹਨੂੰ ਬਣਾਈ ਰੱਖਦੇ ਹਾਂ। ਥੱਲੇ ਐਕਚੁਅਲੀ ਜਦੋਂ ਪਾਣੀ ਉੱਪਰੋਂ ਛੱਡਦੇ ਹਾਂ ਤਾਂ ਫਿਰ ਥੱਲੇ ਬੈਰਾਜਾਂ 'ਚ ਇਕੱਠਾ ਹੁੰਦਾ ਹੈ, ਜਿਹੜੇ ਸਾਡੇ ਇੱਥੇ ਜਿਵੇਂ ਭਾਖੜਾ ਦਾ ਤਾਂ ਨੰਗਲ ਬੈਰਾਜ ਹੈ। ਹੁਣ ਜਿਵੇਂ ਨੰਗਲ 'ਚ ਇਕੱਠਾ ਹੋਏਗਾ ਪਾਣੀ
ਉੱਥੇ ਉਹਦੀ ਸਮਰੱਥਾ ਕੁਝ ਜ਼ਿਆਦਾ ਨਹੀਂ ਹੁੰਦੀ, ਇਸ ਕਰਕੇ ਉੱਥੋਂ ਛੱਡਣਾ, ਰਿਲੀਜ਼ ਕਰਨਾ ਜ਼ਰੂਰੀ ਹੁੰਦਾ ਹੈ, ਕਿਉਂਕਿ ਉਹ ਡੈਮ ਨਹੀਂ ਹੈ, ਉਹ ਇੱਕ ਬੈਰਾਜ ਹੈ, ਵੀ ਥੋੜੇ ਚਿਰ ਲਈ ਪਾਣੀ ਨੂੰ ਇਕੱਠਾ ਕਰਦਾ, ਫਿਰ ਜਦੋਂ ਉੱਥੋਂ ਵੀ ਬਿਜਲੀ ਬਣਦੀ ਹੈ ਤਾਂ ਫਿਰ ਪਾਣੀ ਥੱਲੇ ਥੱਲੇ ਚੱਲਦਾ ਰਹਿੰਦਾ, ਰੋਪੜ ਹੈਡਵਰਕ ਤੇ ਆਉਂਦਾ। ਸੋ ਕੱਲ੍ਹ ਜਿਹੜੀ ਗੱਲ ਹੋ ਰਹੀ ਸੀ ਕਿ ਨੰਗਲ ਤੋਂ ਛੱਡਿਆ ਜਾਏ, ਪਰ ਇਸ ਤੋਂ ਪਹਿਲਾਂ ਜਿਹੜਾ 3 ਲੱਖ ਕਿਊਸਿਕ ਪਾਣੀ ਇਕੱਠਾ ਹੋਇਆ ਪਿਆ ਸਤਲੁਜ ਦਰਿਆ ਦੇ ਵਿੱਚ, ਉਹ ਪਾਣੀ ਨਿਕਲਣ ਦੀ ਕਗਾਰ ਤੇ ਹਜੇ ਨਹੀਂ ਪਹੁੰਚਾਇਆ, ਬਹੁਤ ਅਜੇ ਸੰਕਟ ਬਣਿਆ ਹੋਇਆ, ਔਰ ਇਹ ਸੰਕਟ ਹੋਰ ਵੱਧਦਾ। ਜੇ ਅੱਜ ਦੇ ਦਿਨ ਹੀ ਤੁਸੀਂ 20,000 ਕਿਊਸਿਕ ਹੋਰ ਪਾਣੀ ਛੱਡ ਦਿੰਦੇ ਹੋ ਉੱਥੇ, ਤਾਂ ਇਹ ਸੰਕਟ ਘਟੂਗਾ, ਥੋੜ੍ਹੀ ਹੋਰ ਵੱਧ ਜਾਏਗਾ, ਕਿਉਂਕਿ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਇਹਨਾਂ ਇਸ ਪਾਣੀ ਦਾ। ਇਸ ਕਰਕੇ ਕੱਲ੍ਹ ਜਿਹੜੀ ਮੀਟਿੰਗ ਹੋਈ ਹੈ BBMB ਦੀ, ਜਿਹੜੀ ਇਹਨੂੰ ਟੈਕਨੀਕਲ ਕਮੇਟੀ ਦੀ ਮੀਟਿੰਗ ਕਹਿੰਦੇ ਆ, ਜਿਸ 'ਚ ਸਾਰੀਆਂ ਜਿਹੜੀਆਂ ਸਟੇਟਾਂ ਨੇ, ਉਸ 'ਚ ਪੰਜਾਬ, ਹਰਿਆਣਾ, ਰਾਜਸਥਾਨ, ਇਹ ਸਾਰੀਆਂ ਸਟੇਟਾਂ, ਰਾਜਸਥਾਨ ਤਾਂ ਹਾਲਾਂਕਿ ਸਪੈਸ਼ਲ ਇਨਵਾਈਟੀ ਦੇ ਤੌਰ 'ਤੇ ਜਾਂਦਾ, ਮੇਨਲੀ ਪੰਜਾਬ, ਹਰਿਆਣਾ ਅਤੇ UP ਹੁੰਦੇ ਆ, ਹਿਮਾਚਲ ਹੁੰਦਾ, ਇਹ ਜਿਹੜੀਆਂ ਸਟੇਟਾਂ ਨੇ, ਇਹਨਾਂ ਨੇ ਫਿਰ ਮਿਲ ਕੇ ਉਹਦੇ 'ਚ, ਜਦੋਂ ਸਾਡੇ ਪੰਜਾਬ ਦੇ ਅਧਿਕਾਰੀਆਂ ਨੇ ਇਹ ਕਿਹਾ ਕਿ ਇਹਦੀ ਲੋੜ ਨਹੀਂ ਹੈ ਹਜੇ, ਹਜੇ ਉੱਪਰ ਤੁਸੀਂ ਵੇਟ ਕਰ ਸਕਦੇ ਹੋ, ਕਿਉਂਕਿ ਬਾਰਿਸ਼ਾਂ ਬੰਦ ਹੋ ਗਈਆਂ ਨੇ ਤੇ ਪਾਣੀ ਹੁਣ ਉੱਥੇ ਜ਼ਿਆਦਾ ਤਾਂ ਆਉਣਾ ਨਹੀਂ ਹੈ, ਤਾਂ ਤੁਹਾਨੂੰ ਛੱਡਣ ਦੀ ਵੀ ਲੋੜ ਨਹੀਂ ਹੈ, ਤੁਸੀਂ 2-3 ਦਿਨ ਸਥਿਤੀ ਦੇਖ ਲਓ, ਕਿਉਂਕਿ ਥੱਲੇ ਹਾਲਤ ਬਹੁਤ ਜ਼ਿਆਦਾ ਖਰਾਬ ਹੋਈ ਪਈ ਹੈ। 1,000 ਤੋਂ ਜ਼ਿਆਦਾ ਪਿੰਡ ਜਿਹੜਾ ਇਸ ਟਾਈਮ ਪੰਜਾਬ ਦਾ ਡੁੱਬਿਆ ਹੋਇਆ। ਇੱਕ ਤਾਂ ਉਹ ਚੰਗੀ ਗੱਲ ਇਹ ਸੀ ਕਿ ਜਿਹੜਾ ਸਾਡੀ ਜਿਹੜੀ ਜ਼ੋਰਦਾਰ ਵਕਾਲਤ ਹੋਈ ਹੈ ਸਾਡੀ, ਉਹ ਤੇ BBMB ਮੰਨ ਗਿਆ, ਉਹਨਾਂ ਨੇ ਕਿਹਾ ਵੀ ਆਪਾਂ 3 ਦਿਨ ਬਾਅਦ ਸਿਚੁਏਸ਼ਨ ਇਸ ਦੇਖਾਂਗੇ ਤੇ 3 ਦਿਨ ਤੋਂ ਬਾਅਦ ਫੈਸਲਾ ਕਰਾਂਗੇ ਕਿ ਆਪਾਂ ਇੱਥੋਂ ਨੰਗਲ ਡੈਮ ਤੋਂ ਪਾਣੀ ਕਿੰਨਾ ਛੱਡਣਾ ਹੈ, ਤਾਂ ਕਿ ਥੱਲੇ ਵੀ ਨੁਕਸਾਨ ਨਾ ਹੋਏ ਔਰ ਉੱਪਰ ਵੀ ਬੈਰਾਜ ਦਾ ਕੋਈ ਨੁਕਸਾਨ ਨਾ ਹੋਏ। ਸੋ ਇੱਕ ਤਾਂ ਇਹ ਗੱਲ ਹੋ ਗਈ ਹੈ। ਇੱਕ ਜਿਹੜੀ ਚੀਜ਼ ਪੰਜਾਬ ਬਾਰ ਬਾਰ ਜਿਸ ਤੇ ਜ਼ੋਰ ਪਾਉਂਦਾ ਹੁੰਦਾ ਕਿ ਪਾਣੀਆਂ ਤੇ ਉਹਦਾ ਹੱਕ ਕਿਉਂ ਹੈ, ਉਹ ਅੱਜ ਇਸ ਚੀਜ਼ ਇਸਟੈਬਲਿਸ਼ ਹੋ ਗਈ। ਦੇਖੋ ਜਦੋਂ ਵੀ ਜਿਹੜੇ ਅਪਰ ਰਾਈਪੇਰੀਅਨ ਸਟੇਟਸ ਹੈਗੇ ਨੇ, ਚਾਹੇ ਹਿਮਾਚਲ ਹੋਵੇ, ਜੰਮੂ ਕਸ਼ਮੀਰ ਹੋਵੇ ਜਾਂ ਉੱਤਰਾਖੰਡ ਹੋਵੇ, ਜਿਹੜੀ ਵੀ ਅਪਰ ਰਾਈਪੇਰੀਅਨ ਨੇ, ਉਹ ਸਟੇਟਾਂ ਕਦੇ ਵੀ ਪਾਣੀ ਰੋਕ ਨਹੀਂ ਸਕਦੀਆਂ, ਪਾਣੀ ਥੱਲੇ ਆਉਣਾ ਹੀ ਆਉਣਾ, ਆਏਗਾ ਤਾਂ ਬਾਹਰ ਉਸ ਸਟੇਟ ਨੂੰ ਕਰੇਗਾ ਜਿਸ ਸਟੇਟ ਦੇ ਵਿੱਚੋਂ ਦਰਿਆ ਗੁਜ਼ਰ ਰਹੇ ਨੇ। ਹੁਣ ਇਹਦਾ ਦੇਖੋ ਨੁਕਸਾਨ ਨਾ ਤਾਂ ਹਰਿਆਣੇ ਨੂੰ ਹੋਣਾ, ਨਾ ਰਾਜਸਥਾਨ ਨੂੰ ਹੋਣਾ, ਨਾ ਦਿੱਲੀ ਨੂੰ ਹੋਣਾ, ਕਿਸੇ ਨੂੰ ਨੁਕਸਾਨ ਨਹੀਂ ਹੈ ਜੇ ਸਤਲੁਜ ਦੇ ਵਿੱਚ ਬਾੜ ਆ ਜਾਂਦੀ ਹੈ ਜਾਂ ਬਿਆਸ ਦੇ ਵਿੱਚ ਬਾੜ ਆਈ ਹੈ ਜਾਂ ਰਾਵੀ ਦੇ ਵਿੱਚ ਬਾੜ ਆਈ ਹੈ, ਇਹਨਾਂ 3 ਸਟੇਟਾਂ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਪੰਜਾਬ ਨੂੰ ਪੈਂਦਾ। ਅੱਜ ਪੰਜਾਬ ਦਾ 1,000 ਪਿੰਡ ਡੁੱਬਿਆ ਹੋਇਆ ਪਾਣੀ ਦੇ ਵਿੱਚ, ਤੁਸੀਂ ਦੇਖੋ 8-8, 9-9 ਫੁੱਟ ਪਾਣੀ ਖੜਾ ਹੈ, ਫਸਲਾਂ ਸਾਰੀਆਂ ਬਰਬਾਦ ਹੋ ਚੁੱਕੀਆਂ। ਉਸ ਨਜ਼ਰੀਏ ਤੋਂ ਹੀ ਕਿਹਾ ਜਾਂਦਾ ਹਮੇਸ਼ਾ ਕਿ ਪਾਣੀ ਤੇ ਪਹਿਲਾ ਅਧਿਕਾਰ ਉਹਨਾਂ ਦਾ ਹੁੰਦਾ ਹੈ ਜਿਹੜੇ ਉਹ ਲੋਅਰ ਰਾਈਪੇਰੀਅਨ ਦੇ ਵਿੱਚ ਰਹਿ ਰਹੇ ਨੇ, ਜਿਹੜੇ ਉਸ ਨੁਕਸ ਜੇ ਫਾਇਦਾ ਝੇਲਦੇ ਨੇ ਤਾਂ ਨੁਕਸਾਨ ਵੀ ਉਹੀ ਝੇਲਦੇ ਨੇ। ਸੋ ਇਹ ਗੱਲਾਂ ਜਿਹੜੀਆਂ ਤੁਸੀਂ ਗੱਲ ਕਹੀ ਹੈ ਵੀ ਇਸ ਮੌਕੇ ਤੇ ਉੱਥੇ ਸਾਡੇ ਬੰਦੇ ਹੋਣੇ ਬਹੁਤ ਜ਼ਰੂਰੀ ਨੇ। ਪੰਜਾਬ ਬਹੁਤ ਵਾਰੀ ਬਾਲ ਸਾਹਿਬ ਨੇ ਵੀ ਕਈ ਚਿੱਠੀਆਂ ਲਿਖੀਆਂ ਇਸ ਮਾਮਲੇ ਤੇ, ਮੈਨੂੰ ਯਾਦ ਹੈ ਕਿ BBMB ਦੇ ਵਿੱਚ ਉਹ ਹਮੇਸ਼ਾ ਮੈਂਬਰ ਇਰੀਗੇਸ਼ਨ ਕਿਉਂ ਮੰਗਦੇ ਰਹੇ ਆ, ਉਹ ਇਸੇ ਕਰਕੇ ਮੰਗਦੇ ਰਹੇ ਕਿ ਮੈਂਬਰ ਇਰੀਗੇਸ਼ਨ ਹੀ ਸਭ ਤੋਂ ਜ਼ਿਆਦਾ ਪਾਵਰਫੁਲ ਹੁੰਦਾ BBMB ਦੇ ਵਿੱਚ, ਚੇਅਰਮੈਨ ਤੋਂ ਵੀ ਜ਼ਿਆਦਾ ਪਾਵਰਫੁਲ ਹੁੰਦਾ, ਕਿਉਂਕਿ ਇਰੀਗੇਸ਼ਨ ਵਾਲਾ ਹੀ ਤੈਅ ਕਰਦਾ ਕਿ ਪਾਣੀ ਕਿੰਨਾ ਛੱਡਿਆ ਜਾਏ। ਬੇਸ਼ੱਕ ਉਹ ਤੈਅ ਆਪਣੀਆਂ ਜਿਹੜੀਆਂ ਸਟੇਟਸ ਹੈਗੀਆਂ, ਸਟੇਕ ਹੋਲਡਰ ਸਟੇਟਸ ਹੈਗੀਆਂ, ਉਹਨਾਂ ਨਾਲ ਮਿਲ ਕੇ ਕਰਦਾ, ਲੇਕਿਨ ਉਹਦੀ ਇੱਕ ਉਹਦੇ ਕੋਲ ਇੱਕ ਮਤਲਬ ਜਿਹਨੂੰ ਕਹਿੰਦੇ ਪਾਵਰ ਜ਼ਿਆਦਾ ਹੈ, ਤਾਂ ਪੰਜਾਬ ਮੰਗਦਾ ਰਿਹਾ, ਲੇਕਿਨ ਪੰਜਾਬ ਨੂੰ ਕਦੀ ਵੀ ਇਹ ਮਿਲਿਆ ਨਹੀਂ, ਹਰਿਆਣੇ ਨੂੰ ਹੀ ਮਿਲਦਾ ਰਿਹਾ। ਪੰਜਾਬ ਦੀ ਦਲੀਲ ਬਹੁਤ ਇਹ ਰਹੀ ਹੈ ਕਿ ਰਾਈਪੇਰੀਅਨ ਸਟੇਟ ਅਸੀਂ ਹਾਂ ਤੇ ਮੈਂਬਰ ਇਰੀਗੇਸ਼ਨ ਤੁਸੀਂ ਹਰਿਆਣੇ ਨੂੰ ਬਣਾ ਰੱਖਿਆ, ਤੋ ਇਹ ਇਸ਼ੂ ਸੀਗਾ। ਲੇਕਿਨ ਮੈਨੂੰ ਲੱਗਦਾ ਕਿ ਹੁਣ ਚਲੋ ਇਹਨਾਂ ਦੇ ਤਾਂ ਆਪਾਂ ਗੱਲ ਫਿਰ ਕਿਸੇ ਦਿਨ ਕਰ ਲਾਂਗੇ, ਲੇਕਿਨ ਇਹ ਜਿਹੜਾ ਕੱਲ੍ਹ ਜਿਹੜਾ ਤੁਸੀਂ ਪੁੱਛਿਆ ਉਹਦੇ ਤੇ ਬਹੁਤ ਇੰਪੋਰਟੈਂਟ ਬਹਿਸ ਹੋਈ ਹੈ, ਜਿਹਦੇ ਤੇ ਸਾਨੂੰ ਫਾਇਦਾ ਹੋ ਗਿਆ। ਨਹੀਂ ਪਰ ਇਹ ਕਾਫੀ ਅਹਿਮ ਇਸ ਲਈ ਵੀ ਹੋ ਜਾਂਦਾ ਕਿ ਤੁਹਾਡਾ ਜਿਹੜਾ ਵੀ ਨੁਮਾਇੰਦਾ ਉੱਥੇ ਆ ਉਹ ਆਪਣਾ ਪੱਖ ਪੇਸ਼ ਕਿਵੇਂ ਕਰ ਰਿਹਾ ਔਰ ਉਹਦਾ ਅਸਰ ਕਿੰਨਾ ਹੈ, ਉਹ ਕਿਵੇਂ ਆਪਣੀ ਗੱਲ ਨੂੰ ਮਨਾ ਸਕੇ। ਬੜੀ ਵਾਰੀ ਅਸੀਂ ਡੰਮੀ ਨੁਮਾਇੰਦੇ ਭੇਜ ਦਿੰਦੇ ਹਾਂ, ਸਾਡੀਆਂ ਸਰਕਾਰਾਂ ਦੇ ਇਹ ਫੈਸਲੇ ਕਈ ਵਾਰੀ ਨੁਕਸਾਨ ਵੀ ਦਿੰਦੇ ਰਹੇ ਆ। ਅਤੀਤ ਵਿੱਚ ਐਸੇ ਬੜੇ ਮੌਕੇ ਆਏ ਆ ਕਿ ਸਾਡਾ ਬੰਦਾ ਤੇ ਹੈ ਪਰ ਉਹਨੂੰ ਦੰਦਲ ਪੈ ਗਈ, ਉਹ ਬੋਲ ਨਹੀਂ ਸਕੇ। ਸੋ ਮੈਨੂੰ ਇਹ ਗੱਲ ਕ੍ਰਿਸ਼ਨ ਕੁਮਾਰ ਦੇ ਨਜ਼ਰੀਏ ਤੋਂ ਬਿਹਤਰ ਲੱਗੀ, ਉਹਨਾਂ ਨੇ ਇਸ ਗੱਲ ਨੂੰ 2-3 ਦਿਨ ਲਈ ਅੱਗੇ ਡਿਲੇ ਕਰ ਲਿਆ, ਉਦੋਂ ਤੱਕ ਸਿਚੁਏਸ਼ਨ ਕਾਫੀ ਬਿਹਤਰ ਹੋ ਜਾਊਗੀ। ਭਾਸਕਰ ਸਾਹਿਬ, ਮੈਂ ਚਾਹੂੰਗਾ ਕਿ ਅਸੀਂ ਇਸ ਗੱਲ ਨੂੰ ਰਿਪੀਟ ਨਾ ਕਰੀਏ ਤੇ ਅੱਗੇ ਵਧੀਏ ਚੰਡੀਗੜ੍ਹ ਦੇ ਮਾਮਲੇ 'ਚ। ਹੁਣ ਮਾਮਲਾ ਸੇਮ ਹੈ, ਮਾਮਲਾ ਬਹੁਤ ਸੈਂਸਿਟਿਵ ਆ। ਇਹ ਏਰੀਆ ਚੰਡੀਗੜ੍ਹ ਦਾ ਏਰੀਆ ਪੰਜਾਬ ਦੀ ਰਾਜਧਾਨੀ ਲਈ ਜਾਣਿਆ ਜਾਂਦਾ ਔਰ ਬਣਾਇਆ ਵੀ ਇਸੇ ਕਰਕੇ ਗਿਆ, ਉਹ ਪਿੰਡ ਉਜਾੜੇ ਉੱਥੇ ਇਹ ਮਾਡਰਨ ਸਿਟੀ ਉਸਾਰਿਆ, ਪਰ ਇਹਦਾ ਸਵਾਦ ਕਦੇ ਪੰਜਾਬ ਨੂੰ ਮਿਲਿਆ ਨਹੀਂ।
ਹੁਣ ਜਦੋਂ ਨਵੀਂ ਕਵਾਇਤ ਵਿੱਚ ਹਰਿਆਣੇ ਨੇ ਇਹ ਮਾਮਲਾ ਸ਼ਾਇਦ ਜੈਪੁਰ ਦੇ ਵਿੱਚ ਉੱਠਿਆ ਸੀ ਜਦੋਂ ਹਰਿਆਣੇ ਨੇ ਗ੍ਰਹਿ ਮੰਤਰੀ ਦੇ ਸਾਹਮਣੇ ਇਹ ਮਾਮਲਾ ਰੱਖਿਆ ਸੀ ਵੀ ਸਾਨੂੰ ਵੱਖਰੀ ਵਿਧਾਨ ਸਭਾ ਚਾਹੀਦੀ ਹੈ ਔਰ ਸਾਡੇ ਸਾਡੀ ਉੱਥੇ ਲੋੜ ਪੂਰੀ ਨਹੀਂ ਹੋ ਰਹੀ ਸਾਨੂੰ ਚੰਡੀਗੜ੍ਹ ਦੇ ਵਿੱਚ ਇੱਕ ਚੰਕ ਇੱਕ ਪਲਾਟ ਦਿੱਤਾ ਜਾਵੇ ਜਿੱਥੇ ਅਸੀਂ ਆਪਣੀ ਉਸਾਰ ਲਈਏ ਵਿਧਾਨ ਸਭਾ ਹੁਣ ਜਦੋਂ ਫੈਸਲਾ ਹੀ ਹੋ ਗਿਆ ਲਗਭਗ ਕਿ ਉਹਨਾਂ ਨੂੰ 10 ਏਕੜ ਦੇ ਦਿਓ ਔਰ ਉਹਦੇ ਬਦਲੇ ਤੁਸੀਂ ਹਰਿਆਣੇ ਕੋਲੋਂ 12 ਏਕੜ ਜ਼ਮੀਨ ਲੈ ਲਓ ਚੰਡੀਗੜ੍ਹ ਤੇ ਹਰਿਆਣੇ ਦੀ ਜ਼ਮੀਨ ਵਿੱਚ ਸਮਾਨਤਾ ਕਿਵੇਂ ਆ ਦੂਜੀ ਗੱਲ ਕਿਉਂ ਵਜਿੱਦਾ ਹਰਿਆਣਾ ਚੰਡੀਗੜ੍ਹ ਦੇ ਵਿੱਚ ਆਪਣੀ ਉਹਨੂੰ ਉੱਥੇ ਵਿਧਾਨ ਸਭਾ ਚਾਹੀਦੀ ਜਦੋਂ ਅਜੇ ਇਹ ਏਰੀਆ ਹੀ ਪੂਰੀ ਤਰ੍ਹਾਂ ਡਿਸਪਿਊਟਡ ਆ ਇਹ ਜਦੋਂ ਏਰੀਆ ਹੀ ਵਿਵਾਦ ਵਾਲਾ ਉਦੋਂ ਇਸ ਗੱਲ ਨੂੰ ਕਿੱਦਾਂ ਲਈਏ ਮੈਨੂੰ ਭਾਸਕਰ ਸਾਹਿਬ ਇਹ ਸਮਝਾਓ ਹੁਣ ਪੰਜਾਬ ਦਾ ਰੁੱਖ ਕੀ ਹੋਣਾ ਚਾਹੀਦਾ ਪੰਜਾਬ ਦੇ ਰਾਜਪਾਲ ਦਾ ਬਤੌਰ ਪ੍ਰਸ਼ਾਸਕ ਉਹਦਾ ਰੁੱਖ ਕੀ ਹੋਣਾ ਚਾਹੀਦਾ ਸੀ ਇਸ ਕਵਾਇਦ ਨੂੰ ਰੋਕਿਆ ਜਾ ਸਕਦਾ ਇਹਦੇ ਵਿੱਚ ਆਪਸ਼ਨਸ ਕੀ ਹੋਣਗੀਆਂ ਤਾਂ ਇੰਦਰਪ੍ਰੀਤ ਜੀ ਨੂੰ ਵਿੱਚ ਲੈਂਦੇ ਹਾਂ ਨਾਲ ਪਰ ਮੈਨੂੰ ਪਹਿਲਾਂ ਦੱਸੋ ਵੀ ਸਾਰੀ ਜਿਹੜੀ ਕਵਾਇਦ ਕੀ ਹੋਈ ਆ ਇਹਦੇ 'ਚ ਚਿੱਠੀ ਪੱਤਰ ਕੀ ਹੋਇਆ ਔਰ 10 ਏਕੜ ਦੀ ਕੀ ਸਿਧਾਂਤਕ ਸਹਿਮਤੀ ਬਣ ਗਈ ਔਰ ਕਿੱਥੇ ਦੇ ਰਿਹਾ ਚੰਡੀਗੜ੍ਹ ਦੀ ਯੂਟੀ ਐਡਮਿਨਿਸਟ੍ਰੇਸ਼ਨ ਨੇ ਇਸ ਗੱਲ ਦਾ ਫੈਸਲਾ ਕਰ ਲਿਆ ਕਿ 10 ਏਕੜ ਜਗ੍ਹਾ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ ਅਲਾਟ ਕਰਨ ਦੀ ਗੱਲ ਅੱਗੇ ਤੋਰਦੀ ਹੈ ਉਹਦੀ ਜਗ੍ਹਾ ਦੇ ਉੱਤੇ ਪੰਚਕੂਲਾ ਦੇ ਵਿੱਚ 12 ਏਕੜ ਦੀ ਗੱਲ ਜਿਹੜੀ ਤੁਰੀ ਸੀਗੀ ਉਸ 12 ਏਕੜ ਦੀ ਡੀਮਾਰਕੇਸ਼ਨ ਉਹ ਵੀ ਚੰਡੀ ਯੂਟੀ ਐਡਮਿਨਿਸਟ੍ਰੇਸ਼ਨ ਨੇ ਮੰਗ ਲਈ ਹੈ ਲੱਗਦਾ ਹੈ ਕਿ ਇਸ ਮੁੱਦੇ ਦੇ ਉੱਤੇ ਜਲਦੀ ਹਰਿਆਣਾ ਨੂੰ 10 ਏਕੜ ਜ਼ਮੀਨ ਚੰਡੀਗੜ੍ਹ ਦੇ ਵਿੱਚ ਦਿੱਤੀ ਜਾ ਸਕਦੀ ਹੈ ਪੰਜਾਬ ਦਾ ਸਟੈਂਡ ਇਸ ਮੁੱਦੇ ਤੇ ਕੀ ਹੋਣਾ ਚਾਹੀਦਾ ਇਹਦੇ ਉੱਤੇ ਪੂਰੀ ਇੱਕ ਸਟ੍ਰੈਟੇਜੀ ਬਣਾਉਣੀ ਚਾਹੀਦੀ ਹੈ ਕਿਉਂਕਿ ਇਸ ਮੁੱਦੇ ਦੇ ਉੱਤੇ ਸਿਰਫ ਵੱਖਰੀ ਵਿਧਾਨ ਸਭਾ ਦਾ ਇਸ਼ੂ ਨਹੀਂ ਹੈ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਕਲੇਮ ਜਿਹੜਾ ਲਗਾਤਾਰ ਡਾਇਲਿਊਟ ਹੋ ਰਿਹਾ ਹੈ ਭਾਵੇਂ ਉਹ ਚੰਡੀਗੜ੍ਹ ਦੇ ਇੰਪਲਾਈਜ਼ ਦੇ ਵਿੱਚ ਸਿਵਲ ਸੈਂਟਰਲ ਸਿਵਲ ਰੂਲਸ ਦੀ ਗੱਲ ਹੋਏ ਜਾਂ ਸਰਵਿਸ ਰੂਲ ਦੀ ਗੱਲ ਹੋਏ ਉਹਨਾਂ ਗੱਲਾਂ ਕਰਕੇ ਕਈ ਵਾਰ ਕੇਂਦਰ ਸਰਕਾਰ ਪਾਣੀ ਟੈਸਟ ਕਰਦੀ ਹੈ ਔਰ ਇਹ ਪਾਣੀ ਟੈਸਟ ਕਰਨ ਤੋਂ ਬਾਅਦ ਹੁਣ ਗੱਲ ਪਾਣੀ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਸਿਰ ਤੋਂ ਉੱਤੇ ਲੰਘ ਗਿਆ ਇਸ ਮੁੱਦੇ ਦੇ ਉੱਤੇ ਪੰਜਾਬ ਦਾ ਸਟਰੋਂਗ ਰਿਐਕਸ਼ਨ ਆਉਣਾ ਬਹੁਤ ਜ਼ਰੂਰੀ ਹੈ ਔਰ ਅੱਜ ਹੀ ਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦ ਇਹ ਜ਼ਮੀਨ ਅਲਾਟ ਕਰ ਦਿੱਤੀ ਗਈ ਉਸ ਤੋਂ ਬਾਅਦ ਤੇ ਫਿਰ ਇਹ ਡਿਸਪਿਊਟ ਜਾਂ ਤੇ ਅਦਾਲਤਾਂ ਦੇ ਵਿੱਚ ਜਾਂ ਵੱਖਰੀ ਵੱਖਰੀ ਮੀਟਿੰਗਾਂ ਦੇ ਵਿੱਚ ਹੀ ਰਹਿ ਜਾਏਗਾ ਇੰਦਰਪ੍ਰੀਤ ਜੀ ਹੁਣ ਜਦੋਂ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਬਣ ਗਏ ਆ ਪੰਜਾਬ ਦੇ ਵਿੱਚ ਤੇ ਉਦੋਂ ਇਹ ਮਾਮਲਾ ਆ ਗਿਆ ਹੁਣ ਇਹ ਮਾਮਲਾ ਇੱਕ ਤਾਂ ਸਿੱਧਾ ਕੇਂਦਰ ਨਾਲ ਜੁੜਿਆ ਤੇ ਦੂਜਾ ਕੇਂਦਰ ਦੇ ਵਿੱਚ ਜਿਹੜੀ ਸੱਤਾਧਾਰੀ ਧਿਰ ਆ ਉਹ ਹਰਿਆਣੇ ਦੇ ਵਿੱਚ ਵੀ ਛੋਟੀ ਸੱਤਾ 'ਚ ਹੈ ਹੁਣ ਇਹਦੇ ਵਿੱਚ ਇੱਕ ਤਾਂ ਸੁਨੀਲ ਜਾਖੜ ਦਾ ਰੋਲ ਅੰਕਿਆ ਜਾਊਗਾ ਦੂਜਾ ਪੰਜਾਬ ਇਹਦਾ ਵਿਰੋਧ ਕਿਵੇਂ ਕਰੇ ਹੁਣ ਇਹ ਸਵਾਲ ਆ ਕਿ ਕੀ ਸੱਚਮੁੱਚ ਇਸ ਤਰ੍ਹਾਂ ਦੇ ਏਰੀਆ ਜਿਹਦੇ ਬਾਰੇ ਅਜੇ ਸਪਸ਼ਟ ਹੀ ਨਹੀਂ ਕਿ ਉਹਦੇ 'ਚ ਅੱਗੇ ਕਿਵੇਂ ਵਧਿਆ ਜਾਣਾ ਹੁਣ ਜਦੋਂ ਅਜੇ ਇਹ ਏਰੀਆ ਵਿਵਾਦਿਤ ਹੈ ਤੇ ਇਹਦੇ ਵਿੱਚ ਹਰਿਆਣਾ ਆਪਣੀ ਰਾਜ ਆਪਣੀ ਵਿਧਾਨ ਸਭਾ ਬਣਾ ਲੈਂਦਾ ਤਾਂ ਕੁਦਰਤੀ ਤੌਰ ਤੇ ਉਹਦਾ ਹੱਕ ਜ਼ਿਆਦਾ ਮਜ਼ਬੂਤ ਹੋ ਜਾਂਦਾ ਫਿਰ ਇਹ ਅਸੀਂ ਮੰਨ ਸਕਦੇ ਹਾਂ ਕਿ ਹਰਿਆਣੇ ਨੂੰ ਵੀ ਆਪਣੀ ਰਾਜਧਾਨੀ ਨਹੀਂ ਚਾਹੀਦੀ ਉਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਇੱਥੇ ਹੀ ਸਾਰੀ ਜਾਵਾਂਗੇ ਤੇ ਪੰਜਾਬ ਦਾ ਤਾਂ ਫਿਰ ਕਦੇ ਵੀ ਕੁਛ ਨਹੀਂ ਬਣਨ ਵਾਲਾ ਇਸ ਵੇਲੇ ਦੇ ਸੱਤਾਧਾਰੀ ਪੰਜਾਬ ਵਾਲੇ ਇਸ ਮਾਮਲੇ 'ਚ ਕਿਹੋ ਜਿਹਾ ਸਟੈਂਡ ਲੈ ਸਕਦੇ ਜਾਂ ਉਹਨਾਂ ਨੂੰ ਲੈਣਾ ਚਾਹੀਦਾ ਰੰਧਾਵਾ ਸਾਹਿਬ ਦੇਖੋ ਜਿਹੜਾ ਕੈਪੀਟਲ ਦਾ ਮਾਮਲਾ ਹੈ ਜੇ ਅਸੀਂ ਇਹ ਗੱਲ ਕਰੀਏ ਕਿ ਜਿੰਨੀਆਂ ਵੀ ਪੰਜਾਬ 1947 ਤੋਂ ਬਾਅਦ ਜਿੰਨੀਆਂ ਵੀ ਸਟੇਟਾਂ ਨਵੀਆਂ ਬਣੀਆਂ ਨੇ ਉਹਨਾਂ ਸਾਰਿਆਂ ਨੂੰ ਹੀ ਉਹਨਾਂ ਦੀਆਂ ਨਵੀਆਂ ਰਾਜਧਾਨੀਆਂ ਉਹਨਾਂ ਨੇ ਆਪਣੀਆਂ ਸਥਾਪਿਤ ਕੀਤੀਆਂ ਇਕੱਲੇ ਪੰਜਾਬ ਇੱਕ ਇਹੋ ਜਿਹੀ ਸਟੇਟ ਹੈ ਜਿਹਨੂੰ ਉਹਦੀ ਰਾਜਧਾਨੀ ਨਹੀਂ ਮਿਲੀ ਹਜੇ ਵੀ ਡਿਸਪਿਊਟ 'ਚ ਹੈ ਅਸੀਂ 1966 ਤੋਂ ਲੈ ਕੇ ਹੁਣ ਤੱਕ ਯੂਟੀ ਦੇ ਵਿੱਚ ਹੀ ਕੰਮ ਕਰ ਰਹੇ ਹਾਂ ਵਿਵਾਦ ਹੈ ਕਿ ਜੀ ਪੰਜਾਬ ਦਾ ਹੈ ਕਿ ਹਰਿਆਣੇ ਦਾ ਹੈ ਇਸ ਨੂੰ ਲੈ ਕੇ ਵਿਵਾਦ ਹੈ ਤੇ ਉਸ ਵਿਵਾਦ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਉਹਦਾ ਫਾਇਦਾ ਉਠਾਇਆ ਹੋਇਆ ਤੇ ਉਹ ਆਪਣਾ ਚੱਲੀ ਜਾ ਰਿਹਾ ਹੁਣ ਪੰਜਾਬ ਦਾ ਸਟੈਂਡ ਤਾਂ ਸਿੱਧਾ ਸਿੱਧਾ ਇਹੀ ਹੈ ਉਹ ਇਸੇ ਗੱਲ ਦਾ ਵਿਰੋਧ ਕਰੇ ਕਿ ਹਰਿਆਣਾ ਨੂੰ ਕਿਉਂ ਦਿੱਤੀ ਜਾ ਰਹੀ ਹੈ ਪਰ ਦੂਜੀ ਗੱਲ ਨਾਲ ਇਹ ਵੀ ਹੈ ਕਿ ਹਰਿਆਣੇ ਕੋਲ ਕਿਹੜਾ ਕੋਈ ਪਹਿਲੀ ਬਿਲਡਿੰਗ ਹੋਏਗੀ ਇਸ ਤੋਂ ਪਹਿਲਾਂ ਉਹਨਾਂ ਦੇ ਮਿੰਨੀ ਸੈਕਟਰੀਏਟ ਇੱਥੇ ਨੇ ਉਹਨਾਂ ਦਾ ਸੈਕਟਰੀਏਟ ਇੱਥੇ ਹੈ ਉਹਨਾਂ ਦਾ 30 ਬੇਸ ਬਿਲਡਿੰਗ ਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਆਫਿਸਿਸ ਨੇ ਉਹਨਾਂ ਦਾ ਕੀ ਨਾਮ ਹੈ ਕੈਗ ਇੱਥੇ ਬੈਠਦਾ ਸੋ ਬਿਲਡਿੰਗਸ ਤਾਂ ਆਲਰੇਡੀ ਉਹਨਾਂ ਕੋਲੇ ਬਹੁਤ ਸਾਰੀਆਂ ਨੇ ਤੇ ਨਹੀਂ ਇੰਦਰਪ੍ਰੀਤ ਜੀ ਕੀ ਕੁਝ ਨਵੀਆਂ ਬਿਲਡਿੰਗਸ ਉਹਨਾਂ ਨੇ ਉਹ ਸਾਰੀਆਂ ਨੇ ਉਸ ਤੋਂ ਬਾਅਦ ਮੈਨੂੰ ਇਹ ਦੱਸੋ ਜਦੋਂ ਇਹ ਸਿਧਾਂਤਕ ਤੌਰ ਤੇ ਇਹ ਮੰਨ ਲਿਆ ਗਿਆ ਕਿ ਹਰਿਆਣੇ ਨੂੰ ਇੱਕ ਨਵੀਂ ਰਾਜਧਾਨੀ ਮਿਲੂਗੀ ਉਸ ਤੋਂ ਬਾਅਦ ਹਰਿਆਣੇ ਨੇ ਇੱਥੇ ਕੋਈ ਸਿਧਾਂਤਕ ਕੰਸਟਰਕਸ਼ਨ ਕੀਤੀਆਂ ਜਿਹੜੀਆਂ ਇੰਡੀਕੇਟ ਕਰਦੀਆਂ ਹੋਣ ਉਹਨਾਂ ਦਾ ਹੱਕ ਮਜ਼ਬੂਤ ਕਰਦੀਆਂ ਹੋਣ 66 ਤੋਂ ਬਾਅਦ ਦੀਆਂ ਹੀ ਨੇ ਸਾਰੀਆਂ ਜੇ ਅਗਰ ਕੱਲ ਆਪਾਂ ਸੈਕਟਰੀਏਟ ਨੂੰ ਛੋੜ ਦਈਏ ਜਾਂ ਉਹਨਾਂ ਦੀ 30 ਬੇਸ ਬਿਲਡਿੰਗ ਉਹਨਾਂ ਦੀ ਇਹਨੂੰ 2 ਛੱਡ ਦੇ ਕਿਉਂਕਿ ਇਹ ਪਹਿਲਾਂ ਦੀਆਂ ਨੇ ਬਾਕੀ ਤਾਂ ਉਹਨਾਂ ਦੀ ਸਾਰੀਆਂ ਨਵੀਆਂ ਨੇ ਜਿਹੜਾ ਉਹਨਾਂ ਦਾ ਮਿੰਨੀ ਸੈਕਟਰੀਏਟ ਹੈ ਇਹ ਤਾਂ ਹਾਰਡਲੀ 20 ਸਾਲ ਪਹਿਲੀ ਦੀ ਬਿਲਡਿੰਗ ਹੈ ਉਹਨਾਂ ਦੀ ਔਰ ਜਿਹੜੀ ਕੈਗ ਦੀ ਬਿਲਡਿੰਗ ਆ ਉਹ ਵੀ ਇਸੇ ਦੌਰਾਨ ਹੀ ਬਣੀ ਹੈ
ਇਹ ਨਹੀਂ ਕਿ ਉਹਨਾਂ ਨੇ ਨਹੀਂ ਬਣਾਈਆਂ ਬਿਲਡਿੰਗਾਂ, ਨਹੀਂ ਪਰ ਅਸੀਂ ਵੀ ਇਹ ਜਗ੍ਹਾ ਉਹਨਾਂ ਨੂੰ ਆਲਰੇਡੀ ਅਲਾਟ ਹੋਈਆਂ ਹੋਣਗੀਆਂ, ਇਹ ਪਹਿਲਾਂ ਹੀ ਉਹਨਾਂ ਦੇ, ਕਿਉਂਕਿ ਪੰਜਾਬ ਅਸਲ ਵਿੱਚ ਐਸੀਆਂ ਬਹੁਤ ਸਾਰੀਆਂ ਜਗ੍ਹਾ ਨੇ ਜਿਨ੍ਹਾਂ ਦੇ ਉੱਤੇ ਉਹ ਕੰਸਟਰਕਟ ਕਰ ਸਕਦੇ ਆ। ਰਾਤ ਨੂੰ ਚੰਡੀਗੜ੍ਹ ਪ੍ਰਸ਼ਾਸਨ ਤਾਂ ਚਿੱਠੀਆਂ ਲਿਖਦਾ ਰਹਿੰਦਾ ਸੀ, ਮੈਨੂੰ ਯਾਦ ਹੈ ਜਦੋਂ ਕਲਗੀਧਰ ਨਿਵਾਸ ਸ਼੍ਰੋਮਣੀ ਕਮੇਟੀ ਨੇ ਨਹੀਂ ਸੀ ਬਣਾਇਆ, ਉਹਨਾਂ ਨੂੰ ਜੁਰਮਾਨਾ ਲੱਗਿਆ, ਅਕਾਲੀ ਦਲ ਨੂੰ ਦਫ਼ਤਰ ਬਣਾਉਣ ਲਈ ਕਾਹਲ ਕਰਨੀ ਪਈ ਸੀਗੀ, ਹੋਰ ਵੀ ਬਹੁਤ ਸਾਰੇ ਮੁੱਦੇ ਸੀ। ਜਿਹੜੀ ਜ਼ਮੀਨ ਅਲਾਟ ਹੋ ਜਾਂਦੀ ਉਹਦੇ ਉੱਤੇ ਤੁਹਾਨੂੰ ਕੰਸਟਰਕਸ਼ਨ ਕਰਨੀ ਪੈਂਦੀ ਆ। ਸੋ ਮੈਨੂੰ ਇਹ ਜ਼ਰੂਰ ਦੱਸੋ ਕਿ ਇਹ ਜਿਹੜੀਆਂ ਚੀਜ਼ਾਂ ਤੁਸੀਂ ਅਲਾਟ ਕਰਾਉਂਦੇ ਹੋ ਸਿਧਾਂਤਕ ਤੌਰ ਤੇ, ਭਾਵੇਂ ਕੋਈ ਆਪਣੀ ਅਖਬਾਰ ਲਈ ਕਰਾ ਰਿਹਾ, ਭਾਵੇਂ ਕੋਈ ਟੀਵੀ ਚੈਨਲ ਦਾ ਵੀ ਇੱਥੇ ਕੋਲ ਸੀਗਾ, ਮੈਨੂੰ ਜ਼ਰੂਰ ਇਸ ਤਰ੍ਹਾਂ ਜ਼ਰੂਰ ਦੱਸੋ ਕਿ ਜਦੋਂ ਵਿਧਾਨ ਸਭਾ ਤੁਸੀਂ ਆਪਣੀ ਇਸ ਨਵੇਂ ਸਿਰਿਓਂ ਕੁਝ ਕਰਾਉਣਾ ਚਾਹੁੰਦੇ ਹੋ ਤਾਂ ਅਸਰ ਕੁਝ ਹੋਰ ਤਰ੍ਹਾਂ ਦਾ ਨਹੀਂ ਹੁੰਦਾ। ਦੇਖੋ ਅਸਰ ਤਾਂ ਮੈਂ ਤਾਂ ਉਹੀ ਗੱਲ ਕਹਿ ਰਿਹਾ ਕਿ ਪੰਜਾਬ ਨੂੰ ਤਾਂ ਸਿਰਫ ਔਰ ਸਿਰਫ ਇਹ ਸਟੈਂਡ ਲੈਣਾ ਚਾਹੀਦਾ ਕਿ ਉੱਥੇ ਕਿਉਂ ਲੈ ਰਿਹਾ ਉਹ ਇਹ ਜ਼ਮੀਨ। ਠੀਕ ਹੈ, ਵਿਵਾਦਿਤ ਹੈ, ਪੂਰਾ ਚੰਡੀਗੜ੍ਹ ਇੱਕ ਵਿਵਾਦਿਤ ਜ਼ਮੀਨ ਹੈ, ਲੇਕਿਨ ਜ਼ਮੀਨ ਤਾਂ ਪੰਜਾਬ ਦੀ ਹੋਈ ਹੈ ਨਾ, ਤਾਂ ਉਸ ਤੇ ਹਰਿਆਣੇ ਨੂੰ ਕਿਉਂ ਅਲਾਟ ਕੀਤੀ ਜਾ ਰਹੀ ਹੈ? ਪੰਜਾਬ ਦਾ ਸਟੈਂਡ ਤਾਂ ਸਿਰਫ ਇੰਨਾ ਹੀ ਹੈ। ਲੇਕਿਨ ਜਿਹੜੀ ਅਸਲੀ ਗੱਲ ਮੈਂ ਸਮਝਣਾ ਚਾਹੁੰਦਾ ਯਾਰ, ਮੈਂ ਹੁਣ ਤੱਕ ਦੇਖ ਲਿਆ, ਕਿਉਂਕਿ ਦੇਖੋ ਅੱਜ ਅਸੀਂ ਜੇ 2023 ਚ ਬੈਠੇ ਹਾਂ, 1966 ਦੀ ਵੰਡ ਹੋਈ ਪਈ ਹੈ, ਲਗਭਗ ਲਗਭਗ ਅਸੀਂ 50 ਸਾਲ ਤੋਂ ਉੱਪਰ ਹੋ ਚੁੱਕੇ, 50 ਸਾਲ ਤੋਂ ਜ਼ਿਆਦਾ ਹੋ ਗਏ, 57 ਸਾਲ ਹੋ ਗਏ, 50 ਸਾਲ ਹੋ ਚੁੱਕਿਆ। 57 ਸਾਲ ਦੇ ਵਿੱਚ ਸਾਨੂੰ ਆਪਣੀ ਕੈਪੀਟਲ ਦਾ ਕੋਈ ਵੀ ਫਾਇਦਾ ਨਹੀਂ ਮਿਲ ਰਿਹਾ। ਹਰ ਸਟੇਟ ਨੂੰ ਉਹਦੀ ਕੈਪੀਟਲ ਦਾ ਇੱਕ ਫਾਇਦਾ ਹੁੰਦਾ ਹੁੰਦਾ ਹਰ ਸਟੇਟ ਨੂੰ, ਲੇਕਿਨ ਕੱਲਾ ਪੰਜਾਬ ਹੈ ਜਿਹਨੂੰ ਇਹ ਫਾਇਦਾ ਨਹੀਂ ਮਿਲ ਰਿਹਾ। ਹਰਿਆਣੇ ਨੂੰ ਗੁੜਗਾਉਂ ਕਰਕੇ ਮਿਲ ਜਾਂਦਾ ਕਿਉਂਕਿ NCR ਦੇ ਨਾਲ ਉਹ ਅਟੈਚ ਹੈ, ਇਸ ਕਰਕੇ ਇੱਥੋਂ ਭਾਵੇਂ ਉਹਨੂੰ ਨਾ ਮਿਲ ਰਿਹਾ ਹੋਵੇ, ਲੇਕਿਨ ਗੁੜਗਾਉਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਉਹਨੂੰ ਬਹੁਤ ਫਾਇਦਾ ਮਿਲਦਾ, ਸਾਨੂੰ ਨਹੀਂ ਮਿਲਦਾ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜੇ ਹਰਿਆਣੇ ਨੇ ਹੁਣ ਹਰਿਆਣੇ ਨੇ ਹਾਲਾਂਕਿ ਇਹ ਇਨ ਪ੍ਰਿੰਸੀਪਲ ਪਹਿਲਾਂ ਤੈਅ ਕਰ ਲਿਆ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਬਿਲਡਿੰਗਸ ਨਹੀਂ ਜ਼ਿਆਦਾ ਬਣਾਉਣੀਆਂ। ਤੁਸੀਂ ਉਹਨਾਂ ਦੇ ਦੇਖੋ ਜਿੰਨੇ ਵੀ ਉਹਨਾਂ ਦੇ ਜ਼ਿਆਦਾ ਆਫਿਸਿਸ ਨੇ, ਚਾਹੇ DGP ਦਾ ਆਫਿਸ ਹੋਵੇ, ਚਾਹੇ ਮੰਡੀ ਬੋਰਡ ਦਾ ਆਫਿਸ, ਜਿੰਨੇ ਵੀ ਆਫਿਸ ਨੇ, ਉਹਨਾਂ ਨੇ ਪੰਚਕੂਲਾ ਨੂੰ ਸੈਂਟਰ ਬਣਾ ਕੇ ਹੀ ਕਿਤੇ ਵੀ ਅਸੀਂ ਪੰਚਕੂਲਾ ਨੂੰ ਮਤਲਬ ਜਿਵੇਂ ਹੁੰਦਾ ਨਾ ਕਿ ਪੰਚਕੂਲਾ ਨੂੰ ਇੱਕ ਕੈਪੀਟਲ ਦੇ ਰੂਪ ਚ ਵਿਕਸਿਤ ਕਰਾਂਗੇ, ਤੇ ਉਹਨਾਂ ਨੂੰ ਉਹਦਾ ਫਾਇਦਾ ਹੋਇਆ ਵੀ ਹੈ, ਪੰਜਾਬ ਨਾਲੋਂ ਜ਼ਿਆਦਾ ਫਾਇਦਾ ਹੋਇਆ। ਪਰ ਇੱਕ ਹੈ ਪੋਲੀਟੀਕਲ, ਜਿਹੜਾ ਪੋਲੀਟੀਕਲ ਤੌਰ ਤੇ ਇੱਕ ਆਪਣੀ ਉਹ ਜਿਹੜੇ ਕਹਿੰਦੇ ਨਾ ਕਿ ਲੱਤ ਜੀ ਡਾਹ ਕੇ ਰੱਖਣਾ ਚਾਹੁੰਦੇ ਆ ਵੀ ਹਾਂ ਨਹੀਂ ਚੰਡੀਗੜ੍ਹ ਸਾਡਾ ਵੀ ਹੈਗਾ, ਤਾਂ ਉਹੀ ਉਹਦੇ ਤੌਰ ਤੇ ਉਹ ਹੁਣ ਜਿਹੜਾ ਇੱਕ ਇੱਥੇ ਹੁਣ 10 ਏਕੜ ਜ਼ਮੀਨ ਲੈ ਕੇ ਅਲੱਗ ਤੋਂ ਇੱਕ ਰਾਜ ਬਣਾ ਰਹੇ ਆ ਆਪਣੀ ਵਿਧਾਨ ਸਭਾ। ਅਦਰਵਾਈਜ਼ ਮੈਨੂੰ ਲੱਗਦਾ ਕਿ ਹੁਣ ਪਹਿਲਾਂ ਹਾਈ ਕੋਰਟ ਦਾ ਵੀ ਇਸ਼ੂ ਉਠਾਇਆ ਹੋਇਆ ਕਿ ਹਾਈ ਕੋਰਟ ਵੀ ਸਾਡੀ ਅੱਡ ਹੋਣੀ ਚਾਹੀਦੀ ਹੈ ਉੱਥੇ, ਹਾਲਾਂਕਿ ਉਹਨਾਂ ਦੇ ਜਿਹੜੇ ਜੱਜਸ ਨੇ ਉਹਨਾਂ ਦੀ ਗਿਣਤੀ ਅਲੱਗ ਤੌਰ ਤੇ ਉੱਥੇ ਸਟੈਬਲਿਸ਼ ਹੈ, ਪੰਜਾਬ ਦੀ ਅਲੱਗ ਤੌਰ ਤੇ ਸਟੈਬਲਿਸ਼ ਹੈ, ਪਰ ਉਹ ਕਹਿੰਦੇ ਵੀ ਨਹੀਂ ਸਾਡੀ ਹਾਈ ਕੋਰਟ ਹੀ ਅਲੱਗ ਹੋਣੀ ਚਾਹੀਦੀ ਹੈ। ਇਸ ਗੱਲ ਨੂੰ ਹਾਲਾਂਕਿ 2 ਵਾਰ ਖਾਰਿਜ ਕੀਤਾ ਜਾ ਚੁੱਕਿਆ ਗਵਰਨਮੈਂਟ ਆਫ ਇੰਡੀਆ ਵੱਲੋਂ, ਪਰ ਫਿਰ ਵੀ ਟਾਈਮ ਟੂ ਟਾਈਮ ਜਿਹੜੀ ਵੀ ਨਵੀਂ ਸਰਕਾਰ ਬਣਦੀ ਹੈ ਉਹ ਆਪਣੀ ਇੱਕ ਗੱਲ ਲੈ ਕੇ ਬਹਿ ਜਾਂਦੀ ਹੈ ਕਿ ਸਾਡਾ ਇੱਥੇ ਹੋਣਾ ਚਾਹੀਦਾ। ਜਿਵੇਂ ਭਾਸਕਰ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਪੰਚਕੂਲਾ ਵਾਲੀ ਸਾਈਡ ਤੇ 12 ਏਕੜ ਜ਼ਮੀਨ ਦਿੱਤੀ ਹੈ, ਤੇ ਜਿਹੜੀ ਲੈ ਰਹੇ ਨੇ ਉਹ ਵੀ ਬਿਲਕੁਲ ਪੰਚਕੂਲਾ ਦੇ ਨਾਲ ਹੀ ਲੱਗਦੀ ਹੈ ਜਿੱਥੇ 10 ਏਕੜ ਉਹਨਾਂ ਨੂੰ ਅਲਾਟ ਹੋ ਰਹੀ ਹੈ। ਮੈਂ ਜਿਹੜੀ ਗੱਲ ਕਰ ਰਿਹਾ ਵੀ ਜੇ 5-10 ਕਿਲੋਮੀਟਰ ਇੱਧਰ ਲੈ ਰਹੇ ਹੋ ਤਾਂ 5-10 ਕਿਲੋਮੀਟਰ ਉੱਧਰ ਵੀ ਜਾ ਸਕਦੇ ਸੀ, ਜਿੱਥੇ 12 ਦੇ ਰਹੀ ਹੈ ਉੱਥੇ ਆਪਣੀ ਵਿਧਾਨ ਸਭਾ ਬਣਾ ਲੈਂਦੇ ਤਾਂ ਘੱਟੋ ਘੱਟ ਉਹਨਾਂ ਨੂੰ ਤਾਂ ਕੈਪੀਟਲ ਦਾ ਫਾਇਦਾ ਮਿਲਦਾ। ਪਰ ਉਹ ਨਹੀਂ ਲੈਣਾ ਨਾ, ਐਕਚੁਅਲੀ ਗੱਲ ਹੈਗੀ ਹੈ ਲੱਤ ਵਿੱਚ ਅੜਾ ਕੇ ਰੱਖਣ ਦੀ, ਉਹ ਲੱਤ ਅੜਾ ਕੇ ਰੱਖੀ ਹੋਈ ਹੈ ਉਹਨਾਂ ਨੇ। ਇਹ ਸੰਕੇਤਕ ਸੁਨੇਹੇ ਹੁੰਦੇ ਆ ਜਿਹੜੇ ਅਗਲੇ ਲਾਉਣਾ ਚਾਹੁੰਦੇ ਆ। ਹਾਂਜੀ ਭਾਸਕਰ ਸਾਹਿਬ, ਜਿੱਥੇ ਤੱਕ ਗੱਲ ਇਸ ਸਾਰੇ ਡਿਸਪਿਊਟ ਦੀ ਅਗਰ ਜੜ ਤੇ ਜਾਣਾ ਹੋਵੇ, ਰੀਆਰਗਨਾਈਜੇਸ਼ਨ ਐਕਟ 1966 ਜਦ ਪੰਜਾਬ ਤੋਂ ਹਰਿਆਣਾ ਵੱਖਰਾ ਹੋਇਆ ਸੀਗਾ, ਹਰਿਆਣਾ ਨੇ ਮੰਗ ਕੀਤੀ ਸੀ ਵੱਖਰੇ ਹੋਣ ਦੀ, ਉਹ ਮੰਗ ਨਹੀਂ ਸੀ, ਉਹ ਬੇਸਿਕਲੀ ਵੱਖਰਾ ਵੀ ਪੋਲੀਟੀਕਲ ਰੀਜ਼ਨ ਕਰਕੇ ਜ਼ਿਆਦਾ ਹੋਇਆ ਸੀਗਾ, ਕਾਰਨ ਕਿ ਪੰਜਾਬ ਔਰ ਹਰਿਆਣਾ ਦੇ ਵਿੱਚ ਟੋਟਲ ਪਾਪੂਲੇਸ਼ਨ ਸਿੱਖ ਪਾਪੂਲੇਸ਼ਨ ਸੀਗੀ ਉਹ ਬਣਦੀ ਸੀਗੀ 14%, ਤੇ 14% ਨੂੰ 65% ਬਣਾਉਣ ਵਾਸਤੇ ਪੰਜਾਬ ਵੱਖਰਾ ਕੀਤਾ ਗਿਆ, ਔਰ ਹਰਿਆਣੇ ਨੂੰ ਸਾਡੇ ਤੋਂ ਉਹਨਾਂ ਦੀ ਮਰਜ਼ੀ ਦੇ ਖਿਲਾਫ਼, ਕਿਉਂਕਿ ਹਰਿਆਣੇ ਦੇ ਵਿੱਚ ਪੰਜਾਬੀ ਬੋਲਦੇ ਏਰੀਏ ਕਾਫ਼ੀ ਸਾਰੇ ਹੈਗੇ ਨੇ। ਉਹੀ ਡਿਸਪਿਊਟ ਨੂੰ ਜੇ ਆਪਾਂ ਹੁਣ ਇਹ ਮੰਗ ਕਰ ਦਈਏ ਵੀ ਸਾਨੂੰ ਸਾਡਾ ਛੋਟਾ ਭਰਾ ਵਾਪਸ ਚਾਹੀਦਾ, ਯਾਨੀ ਹਰਿਆਣਾ ਨੂੰ ਫਿਰ ਪੰਜਾਬ ਨੂੰ ਦਿਓ, ਤੇ ਸਾਰੀ ਡਿਸਪਿਊਟ ਦਾ ਹੱਲ ਹੀ ਹੋ ਜਾਂਦਾ। ਪਰ ਇਹ ਮੰਗ ਇਸ ਕਰਕੇ ਨਹੀਂ ਹੋਣੀ ਕਿਉਂਕਿ ਇਹਦੇ ਵੀ ਪੋਲੀਟੀਕਲ ਰੀਜ਼ਨ ਹਜੇ ਵੀ ਹੈਗੇ ਨੇ, ਕਾਰਨ ਕਿ ਪੰਜਾਬ ਔਰ ਹਰਿਆਣਾ ਅਗਰ ਇਕੱਠੇ ਹੋ ਜਾਂਦੇ ਨੇ ਤੇ ਸਿੱਖ ਪਾਪੂਲੇਸ਼ਨ ਬਣਦੀ ਹੈ 14%, ਜਾਂ ਹੁਣ ਚਲੋ 18 ਹੋ ਜਾਏਗੀ, 20 ਹੋ ਜਾਏਗੀ। ਔਰ ਦੂਜੇ ਪਾਸੇ ਜੇ ਹਿੰਦੂ ਪਾਪੂਲੇਸ਼ਨ ਦੀ ਗੱਲ ਕਰੀਏ ਜਾਂ ਗੈਰ ਸਿੱਖ ਪਾਪੂਲੇਸ਼ਨ ਦੀ ਕਰੀਏ, ਉਹ ਆਪਣੇ ਆਪ ਵਿੱਚ 65-70% ਹੋ ਜਾਂਦੀ ਹੈ। ਡਿਸਪਿਊਟ ਤੇ ਹੁਣ ਉੱਥੇ ਹੀ ਖੜਾ ਹੈ ਜਿੱਥੇ 1966 ਦੇ ਵਿੱਚ ਖੜਾ ਸੀ। ਅੱਜ ਵੀ ਇਸ ਮੰਗ ਦੇ ਉੱਤੇ ਕਈ ਲੈਵਲ ਤੇ, ਕਈ ਪਲੇਟਫਾਰਮ ਤੇ ਗੱਲਾਂ ਜ਼ਰੂਰ ਹੁੰਦੀਆਂ, ਪਰ ਉਹ ਗੱਲਾਂ ਉੱਥੇ ਹੀ ਰੁਕ ਕੇ ਰਹਿ ਜਾਂਦੀ ਹੈ, ਕਾਰਨ ਹਰਿਆਣਾ ਸਾਡਾ ਛੋਟਾ ਭਰਾ ਹੈ, ਅਸੀਂ ਅਕਸਰ ਕਹਿੰਦੇ ਹਾਂ। ਪਰ ਹੁਣ ਹਰਿਆਣਾ ਨੂੰ ਕੁਛ ਮਿਲੇ ਤੇ ਸਾਨੂੰ ਦੁੱਖ ਹੁੰਦਾ ਹੈ,
ਪੰਜਾਬ ਆਪਣੇ ਹੱਕਾਂ ਦੇ ਵਾਸਤੇ ਹਜੇ ਵੀ ਲੜਦਾ ਫਿਰਦਾ ਹੈ, ਪਰ ਇਹ ਡਿਸਪਿਊਟ ਪੈਦਾ ਕਿਉਂ ਹੋਈ ਸੀ? ਇਸ ਜੜ ਦੇ ਵਿੱਚ ਹਜੇ ਤਾਂ ਕੋਈ ਨਹੀਂ ਜਾ ਰਿਹਾ। ਭਾਸਕਰ ਸਾਹਿਬ ਤੁਸੀਂ ਥੋੜਾ ਜਿਹਾ ਪਿੱਛੇ ਜਾਇਓ। ਦਰਅਸਲ ਜਿਹੜੀ ਇਹ ਵੰਡ ਹੋਈ ਆ ਇਹ ਭਾਸ਼ਾ ਆਧਾਰਿਤ ਸੂਬਿਆਂ ਦੀ ਹੋਈ ਆ। ਜਦੋਂ ਸਾਰੇ ਸਾਰੇ ਦੇਸ਼ ਵਿੱਚ ਭਾਸ਼ਾ ਆਧਾਰਿਤ ਰਾਜ ਬਣ ਗਏ ਸੀ ਨਾ, ਤੇ ਉਦੋਂ ਪੰਜਾਬ ਨੂੰ ਇਹ ਭਾਸ਼ਾ ਆਧਾਰਿਤ ਸੂਬਾ ਲੈਣ ਲਈ ਲੜਨਾ ਪਿਆ। ਅਕਾਲੀਆਂ ਨੇ ਸਭ ਤੋਂ ਵੱਧ ਇਹਦੇ ਵਿੱਚ ਲੜਾਈ ਲੜੀ ਆ, ਔਰ ਸ਼ਾਇਦ ਉਹਨਾਂ ਦਾ ਇਹ ਮਕਸਦ ਵੀ ਸੀਗਾ ਕਿ ਘੱਟੋ ਘੱਟ ਨਰੋਲ ਅਕਾਲੀ ਰਾਜ ਉਦੋਂ ਹੀ ਸਥਾਪਿਤ ਹੋ ਸਕਦਾ ਜਦੋਂ ਸਿੱਖ ਮੈਜੋਰਿਟੀ ਸਟੇਟ ਹੋਵੇ। ਉਹਨਾਂ ਦਾ ਇਹ ਛੋਟਾ ਮਕਸਦ ਤਾਂ ਹੋ ਸਕਦਾ, ਇਸ ਮਕਸਦ ਨੇ ਇਹ ਨੁਕਸਾਨ ਕਰਾਇਆ ਕਿ ਕੁਝ ਲੋਕਾਂ ਨੇ ਆਪਣੀ ਭਾਸ਼ਾ ਪੰਜਾਬੀ ਦੀ ਬਜਾਏ ਹਿੰਦੀ ਲਿਖਵਾਉਣੀ ਸ਼ੁਰੂ ਕਰਤੀ। ਉਹ ਰੌਲੇ ਭਾਸਕਰ ਸਾਹਿਬ ਜੇ ਥੋੜਾ ਹੋਰ ਡੂੰਘਾਈ 'ਚ ਜਾਓਗੇ, ਉਦੋਂ ਪੋਲੀਟਿਕਸ ਹੋਈ, ਸਾਡੇ ਕੁਝ ਪੰਜਾਬੀ ਬੋਲਦੇ ਏਰੀਏ ਇਸ ਕਰਕੇ ਚਲੇ ਗਏ ਕਿਉਂਕਿ ਉੱਥੇ ਸਿੱਖ ਹਿੰਦੂ ਦਾ ਮਾਮਲਾ ਆਇਆ ਸੀਗਾ। ਲੇਕਿਨ ਫਿਰ ਵੀ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਜਦੋਂ ਬਾਕੀ ਸਾਰੇ ਦੇਸ਼ ਵਿੱਚ ਬਹੁਤ ਸੌਖਿਆਂ ਭਾਸ਼ਾ ਆਧਾਰਿਤ ਰਾਜ ਬਣਾਤੇ ਗਏ ਸੀ, ਪੰਜਾਬ ਨੂੰ ਲੜ ਕੇ ਲੈਣਾ ਪਿਆ, ਲੇਕਿਨ ਮਿਲਿਆ ਅਧੂਰਾ। ਉਦੋਂ ਸਾਡੀ ਲੀਡਰਸ਼ਿਪ ਸੰਤ ਫਤਿਹ ਸਿੰਘ ਤੋਂ ਲੈ ਕੇ ਹੋਰ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਢੁੱਕਵੇਂ ਸਮੇਂ ਤੇ ਢੁੱਕਵੇਂ ਫੈਸਲੇ ਲੈਣੇ ਸੀ, ਉਹ ਨਦਾਰਦ ਹੋ ਗਏ, ਪਾਸੇ ਚਲੇ ਗਏ। ਵਿਦੇਸ਼ਾਂ 'ਚ ਵੀ ਸੰਤ ਫਤਿਹ ਸਿੰਘ ਬਾਰੇ ਕਿਹਾ ਜਾਂਦਾ ਹੈ। ਅੱਜ ਇਹ ਸਵਾਲ ਖੜਾ ਹੈ ਕਿ ਜਦੋਂ ਇਹੋ ਜਿਹੇ ਮੌਕੇ ਆਉਂਦੇ ਆ ਉਦੋਂ ਤੁਹਾਡੀ ਲੀਡਰਸ਼ਿਪ ਕਿਸ ਤਰ੍ਹਾਂ ਦੇ ਸਟੈਂਡ ਲੈਂਦੀ ਆ? ਉਦੋਂ ਹੀ ਚੰਡੀਗੜ੍ਹ ਦਾ ਫੈਸਲਾ ਹੁੰਦਾ, ਬਹੁਤ ਆਸਾਨ ਹੁੰਦਾ, ਬਹੁਤ ਆਸਾਨ ਹੋ ਜਾਂਦਾ ਕਰਾਉਣਾ। 86 ਦੇ ਵਿੱਚ ਬਹੁਤ ਆਸਾਨ ਸੀ ਇਹ ਮਾਮਲਾ ਹੱਲ ਹੋਣਾ, ਉਦੋਂ ਵੀ ਸਰਦਾਰ ਸੁਰਜੀਤ ਸਿੰਘ ਬਰਨਾਲਾ ਮਰਹੂਮ ਜ਼ੁਰਤ ਨਹੀਂ ਕਰ ਸਕੇ ਕਿ ਉਹ ਰਿਜ਼ਾਈਨ ਕਰ ਦੇਣ। ਮੈਂ ਇਸ ਕਰਕੇ ਸਵਾਲ ਉਠਾ ਰਿਹਾ ਕਿ ਇਹ ਵੰਡ ਭਾਸ਼ਾ ਆਧਾਰਿਤ ਸੀ, ਇਹਦੇ ਵਿੱਚ ਮਤਲਬ ਸਿਰਫ ਸਿੱਖਾਂ ਦੀ ਮੈਜੋਰਿਟੀ ਦਾ ਬਣਾਉਣਾ ਅਕਾਲੀਆਂ ਦਾ ਹੋ ਸਕਦਾ, ਜਿਹਨਾਂ ਨੂੰ ਅੱਜ ਤੱਕ ਵੀ ਇਹਦੇ ਵਿੱਚ ਲੋਕ ਤਾਨੇ ਮਾਰਦੇ ਆ ਕਿ ਤੁਸੀਂ ਤਾਂ ਮਤਲਬ ਪ੍ਰਸਤ ਸੀਗੇ। ਚਲੋ ਹੁਣ ਆਪਾਂ ਅੱਗੇ ਵੱਧਦੇ ਹਾਂ। ਨਹੀਂ ਬਿਲਕੁਲ ਤੁਸੀਂ ਇਹ ਗੱਲ ਠੀਕ ਕਹਿ ਰਹੇ ਹੋ, ਪਰ ਜਦ ਪੰਜਾਬੀ ਬੋਲਦੇ ਏਰੀਏ ਦੀ ਗੱਲ ਹੈਗੀ ਹੈ, ਕਈ ਵਾਰ ਤੁਹਾਡੇ ਸੈਨਾਪਤੀ ਜਾਂ ਫਿਰ ਉਸ ਸੈਨਾ ਨੂੰ ਲੀਡ ਕਰਨ ਵਾਲੇ ਲੋਕ ਜਦ ਲੜਾਈ ਛੇੜ ਕੇ ਬਾਅਦ ਚੋਂ ਮੈਦਾਨ ਤੋਂ ਭੱਜ ਜਾਂਦੇ ਨੇ, ਤੇ ਫਿਰ ਲੜਨ ਵਾਸਤੇ ਤੇ ਹੁਣ ਅੱਜ ਤੱਕ ਆਪਾਂ ਲੜਦੇ ਹੀ ਪਏ ਹਾਂ ਚੰਡੀਗੜ੍ਹ ਦੇ ਵਾਸਤੇ। ਜੇ ਪੰਜਾਬੀ ਬੋਲਦੇ ਏਰੀਏ ਦੀ ਗੱਲ ਛੇੜੀ ਸੀਗੀ ਤੇ ਤੁਸੀਂ GT ਰੋਡ ਦਿੱਲੀ ਤੱਕ ਚਲੇ ਜਾਓ, ਮੇਰੇ ਖਿਆਲ ਨਾਲ ਪਾਣੀਪਤ ਤੱਕ ਪੰਜਾਬੀ ਬੋਲਦੇ ਏਰੀਏ ਹੈਗੇ ਨੇ, ਉਹਨਾਂ ਦੀ ਗੱਲ ਅੱਜ ਤੱਕ ਨਹੀਂ ਹੋਈ। ਹੁਣ ਉਹਨਾਂ ਨੂੰ ਲੈ ਕੇ ਫਿਰ ਹਰਿਆਣਾ ਕਿੱਥੇ ਜਾਂਦਾ? ਯਾਨੀ ਡਿਸਪਿਊਟ ਵੱਡੇ ਨੇ, ਪਰ ਦੁੱਖ ਦੀ ਗੱਲ ਹੈ ਵੇ ਕਿ ਜਿਹਨਾਂ ਲੀਡਰਾਂ ਨੇ ਜਿਹਨਾਂ ਪੋਲੀਟੀਸ਼ੀਅਨਾਂ ਨੇ ਇਹ ਲੜਾਈ ਛੇੜੀ ਸੀਗੀ ਜਿਹਦੇ ਕਰਕੇ ਹਰਿਆਣਾ ਸਾਡੇ ਤੋਂ ਵੱਖਰਾ ਹੋਇਆ, ਉਹ ਉਸ ਲੜਾਈ ਨੂੰ ਅੱਜ ਤੱਕ ਅਧੂਰੀ ਛੱਡ ਗਏ, ਪਤਾ ਨਹੀਂ ਕਿਉਂ ਛੱਡ ਗਏ, ਉਸ ਮੁੱਦੇ ਦੇ ਉੱਤੇ ਅੱਗੇ ਛੇੜਿਆ ਹੀ ਨਹੀਂ। ਤੇ ਇਹ ਡਿਸਪਿਊਟ ਜਿਹਨੂੰ ਆਪਾਂ ਡਿਸਪਿਊਟ ਕਹਿ ਰਹੇ ਹਾਂ, ਬੇਸਿਕਲੀ ਉਸ ਟਾਈਮ ਹੱਲ ਹੋ ਜਾਂਦੇ ਤੇ ਅੱਜ ਇਹ ਡਿਸਪਿਊਟ ਹੋਣਾ ਹੀ ਨਹੀਂ ਸੀ। ਇਹ ਹੈ ਹੀ ਇਸ ਕਰਕੇ ਡਿਸਪਿਊਟ ਕਿ ਸਿਰਫ ਕਲੇਮ ਦੀ ਗੱਲ ਪੰਜਾਬ ਸਰਕਾਰ, ਪੰਜਾਬ ਦੇ ਪੋਲੀਟੀਸ਼ੀਅਨ ਕਰਦੇ ਨੇ। ਹੁਣ ਨਵੀਂ ਇੱਕ ਪੋਲੀਟੀਕਲ ਪਾਰਟੀ ਆਈ ਹੈ ਪੰਜਾਬ ਦੇ ਵਿੱਚ, ਇਸ ਪੋਲੀਟੀਕਲ ਪਾਰਟੀ ਤੋਂ ਇਹ ਉਮੀਦ ਹੈ ਨਾ ਕਿ ਘੱਟ ਤੋਂ ਘੱਟ ਉਹਨਾਂ ਮੁੱਦਿਆਂ ਦੇ ਉੱਤੇ ਡਟ ਕੇ ਖੜੀ ਹੋਏ। ਪਰ ਦਿੱਕਤ ਇਹ ਵੇ ਕਿ ਇਸ ਪੋਲੀਟੀਕਲ ਪਾਰਟੀ ਦੇ ਵੀ ਪੋਲੀਟੀਕਲ ਸਟੇਕਸ ਹਰਿਆਣਾ ਦੇ ਵਿੱਚ ਵੀ ਹੈਗੇ ਆ। ਉਹ ਉੱਥੇ ਸ਼ੰਭੂ ਬਾਰਡਰ ਟੱਪਣ ਤੋਂ ਬਾਅਦ ਉਹ ਹਰਿਆਣਾ ਦੀ ਗੱਲ ਕਰਦੇ ਨੇ, SYL ਦੇ ਪਾਣੀ ਨੂੰ ਹਰ ਖੇਤ ਦੇ ਵਿੱਚ ਪਹੁੰਚਾਉਣ ਦੀ ਗੱਲ ਕਰਦੇ ਨੇ। ਹੁਣ ਦੂਜੇ ਪਾਸੇ ਜੇ ਹਰਿਆਣਾ ਨੂੰ ਕੁਛ ਪੰਜਾਬ ਚੰਡੀਗੜ੍ਹ ਦੇ ਵਿੱਚ ਮਿਲ ਰਿਹਾ ਤੇ ਉਹਨੂੰ ਆਪਾਂ ਅਪੋਜ਼ ਵੀ ਕਰਦੇ ਹਾਂ, ਹੁਣ ਉਹਦੀ ਅਪੋਜੀਸ਼ਨ ਦੇ ਥਰੂ ਪੋਲੀਟੀਕਲ ਐਕਸਰਸਾਈਜ਼ ਇਹ ਵੀ ਹੋ ਜਾਂਦੀ ਹੈ ਕਿ ਹਰਿਆਣਾ ਦੇ ਵਿੱਚ ਆਪਾਂ ਕੀ ਮੂੰਹ ਦਿਖਾਵਾਂਗੇ ਜਿੱਥੇ ਆਪਾਂ ਕੈਂਪੇਨ ਛੋੜਿਆ ਹੋਇਆ, ਬਿਜਲੀ ਮੁਫ਼ਤ ਦੇਣ ਦਾ ਵਾਅਦਾ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ। ਇਹ ਸਾਰੀ ਗੱਲਾਂ ਹੁਣ ਪੋਲੀਟੀਕਲੀ ਕਨੈਕਟਡ ਹੈਗੀਆਂ, ਜਿੱਥੇ ਆਪਾਂ 1966 'ਚ ਖੜੇ ਸੀ ਉੱਥੇ ਹੁਣ ਦੁਬਾਰਾ ਖੜੇ ਹਾਂ, ਕਿਉਂਕਿ ਅੱਜ ਵੀ ਪੋਲੀਟੀਕਲ ਪਾਰਟੀ ਜਿਹੜੀ ਵੀ ਹੈਗੀ ਹੈ ਸੱਤਾ ਦੇ ਵਿੱਚ ਉਹਦੇ ਵੀ ਡਬਲ ਸਟੈਂਡਰਡ ਹੈਗੇ ਨੇ, ਜਿੱਦਾਂ ਦੇ ਡਬਲ ਸਟੈਂਡਰਡ ਉਸ ਵਕਤ ਦੀ ਪੋਲੀਟੀਕਲ ਲੀਡਰਸ਼ਿਪ ਦੇ ਸੀ। ਇੰਦਰਪ੍ਰੀਤ ਜੀ, ਭਾਸਕਰ ਸਾਹਿਬ ਨੇ ਮਿਹਣਾ ਮਾਰਿਆ ਵੀ ਜਿਹੜੇ ਪੰਜਾਬ ਦੇ ਲੀਡਰ ਆ ਉਹ ਭੱਜ ਜਾਂਦੇ ਨੇ, ਕੱਲ ਛੇੜ ਕੇ ਧੱਫਾ ਮਾਰ ਕੇ ਭੱਜ ਜਾਂਦੇ ਨੇ। ਸਵਾਲ ਭਾਸਕਰ ਸਾਹਿਬ ਇਹ ਦੋ ਵਾਰੀ ਉੱਠਿਆ, ਜਦੋਂ ਅੰਗਰੇਜ਼ ਛੱਡ ਕੇ ਜਾ ਰਹੇ ਸੀ ਨਾ, ਤੇ ਉਦੋਂ ਇੱਕ ਵਾਰੀ ਇਹ ਖਿਆਲ ਜ਼ਰੂਰ ਆਇਆ ਸੀ ਵੀ ਸਿੱਖਾਂ ਦਾ ਰਾਜ ਲਿਆ, ਇਹਨਾਂ ਨੂੰ ਇੱਕ ਰਾਜ ਵੀ ਦੇ ਦਿਓ, ਤੇ ਜਦੋਂ ਕੈਲਕੂਲੇਸ਼ਨ ਕੀਤੀ ਤੇ ਦੋ ਤਹਿਸੀਲਾਂ 'ਚ ਮੈਜੋਰਿਟੀ 'ਚ ਸਿੱਖ ਸੀਗੇ, ਬਹੁ ਗਿਣਤੀ 'ਚ ਸਿਰਫ ਦੋ ਤਹਿਸੀਲਾਂ, ਔਰ ਇਹ ਸਿਧਾਂਤਕ ਫੈਸਲਾ ਹੋ ਹੀ ਨਹੀਂ ਸੀ ਸਕਦਾ, ਔਰ ਸਿੱਖਾਂ ਨੇ ਇਸ ਦੇਸ਼ ਨਾਲ ਸ਼ਾਮਿਲ ਹੋਣ ਦਾ ਫੈਸਲਾ ਕੀਤਾ। ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੈਂ ਬਤੌਰ ਸਿੱਖ ਗੱਲ ਕਰਿਆ, ਹਿਸਟਰੀ ਜੋ ਕਹਿ ਰਹੀ ਹੈ, ਪਰ ਸਵਾਲ ਇਹ ਵੀ ਹੈ ਕਿ ਉਦੋਂ ਜਦੋਂ ਇਸ ਗੱਲ ਦਾ ਰੌਲਾ ਸੀ ਕਿ ਗਾਂਧੀ, ਜਨਾਹ ਔਰ ਨਹਿਰੂ ਦੇ ਵਿੱਚ ਇਹ ਰੌਲੇ ਸੀਗੇ ਸਿੱਖਾਂ ਨੂੰ ਕਿੱਧਰ ਲਿਆਂਦਾ ਜਾਵੇ, ਔਰ ਸਿੱਖਾਂ ਦਾ ਫੈਸਲਾ ਇਸ ਦੇਸ਼ ਨਾਲ ਰਹਿਣ ਦਾ ਸੀ, ਫਿਰ ਇੱਕ ਖਿੱਤਾ ਦੇਣ ਦੀ ਗੱਲ ਹੋਈ, ਉਹ ਖਿੱਤਾ ਵੀ ਪਿੱਛੇ ਚਲੇ ਗਿਆ। ਹੁਣ ਘੱਟੋ ਘੱਟ ਇਸ ਦੇਸ਼ ਦੇ ਹਾਕਮ ਹਿਸਟਰੀ ਵੱਲ ਜਾਣ, ਤੇ ਜੇ ਇਹਨਾਂ ਨੇ ਕੁਛ ਵੀ ਨਹੀਂ, ਮੈਂ ਕਹਿੰਦਾ ਵੀ ਇਹਨਾਂ ਦੇ ਲੀਡਰ ਸਾਰੇ ਹੀ ਨਿਕੰਮੇ ਆ, ਤੇ ਦੇਸ਼ ਦੀਆਂ ਲੜਾਈਆਂ ਦੇ ਵਿੱਚ ਜਾਂ ਬਾਕੀ ਪ੍ਰਤੀਸ਼ਤਤਾ ਦੇ ਲਿਹਾਜ਼ ਨਾਲ ਇਹਨਾਂ ਨੂੰ ਮਾੜੀ ਮੋਟੀ ਇਹਨਾਂ ਦੀ ਰਾਜਧਾਨੀ ਦੇ ਕੇ ਤੇ ਪਾਸੇ ਕਰਨ, ਮੁਸ਼ਕਲ ਕੀ ਆ? ਖੈਰ ਮੈਂ ਹੁਣ ਇੱਥੇ ਜ਼ਿਆਦਾ ਨਹੀਂ ਜਾਣਾ। ਇੰਦਰਪ੍ਰੀਤ ਜੀ, ਸੁਖਦੇਵ ਸਿੰਘ ਢੀਂਡਸਾ ਜਦੋਂ
ਐਨਡੀਏ ਦੀ ਮੀਟਿੰਗ 'ਚ ਸ਼ਾਮਲ ਹੋਣਗੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਿਲ ਤੇ ਕਿਹੋ ਜਿਹਾ ਅਸਰ ਦੇਖੋਗੇ ਕਿ ਉਹ ਕਹਿਣਗੇ ਕਿ ਚੰਗਾ ਹੋਇਆ ਅਸੀਂ ਤਾਂ ਖੇਤਰੀ ਪਾਰਟੀ, ਕਿਉਂਕਿ ਹਮੇਸ਼ਾ ਮੰਨਿਆ ਜਾਂਦਾ ਹੈ ਕਿ ਇੱਥੋਂ ਦੀ ਨੁਮਾਇੰਦਗੀ ਇੱਥੋਂ ਦੀ ਖੇਤਰੀ ਪਾਰਟੀ ਕਰੂਗੀ ਕਿਉਂਕਿ ਉਹਦੇ ਹਰਿਆਣੇ 'ਚ ਹਿੱਤ ਨਹੀਂ ਟਕਰਾਉਣਗੇ, ਉਹਦੇ ਹਿਮਾਚਲ 'ਚ ਨਹੀਂ ਟਕਰਾਉਣਗੇ, ਦਿੱਲੀ 'ਚ ਨਹੀਂ ਟਕਰਾਉਣਗੇ। ਸੁਖਬੀਰ ਲੜਨ ਦੀ ਸੋਚਣਗੇ ਕਿ ਮੈਨੂੰ ਖੁੱਲ੍ਹਾ ਹੱਥ ਮਿਲ ਗਿਆ, ਜਾਂ ਇਹ ਸੋਚਣਗੇ ਯਾਰ ਇੱਥਾਂ ਤਾਂ ਸਾਨੂੰ ਵਜ਼ੀਰੀਆਂ ਮਿਲਦੀਆਂ ਹੁੰਦੀਆਂ ਸੀ, ਢੀਂਡਸਾ ਸਾਹਿਬ ਸਾਡੇ ਪਿਛਲੇ ਬੰਨੇ ਤੀਜੇ ਚੌਥੇ ਨੰਬਰ ਤੇ ਖਲੋਤੇ ਹੁੰਦੇ ਸੀ, ਉਹ ਨੰਬਰ 1 ਤੇ ਆ ਗਏ, ਦੱਸਿਓ ਜ਼ਰਾ। ਰੰਧਾਵਾ ਸਾਹਿਬ, ਨਹੀਂ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜੀ ਆਪਾਂ ਕੱਲ੍ਹ ਗੱਲ ਕੀਤੀ ਸੀਗੀ ਕਿ ਸੰਦੇਹ ਸਿੰਘ ਢੀਂਡਸਾ ਜਿਹੜੇ ਹੈਗੇ ਆ ਉਹਨਾਂ ਦਾ ਇਹ ਮੰਨਣਾ ਹੈ ਕਿ ਅਕਾਲੀ ਦਲ ਵੱਲੋਂ ਭਾਜਪਾ ਨਾਲ ਗਠਜੋੜ ਦੀ ਜਿਹੜੀ ਗੱਲ ਚਲਾਈ ਜਾ ਰਹੀ ਹੈ ਉਹ ਸਿਰਫ ਇਸੇ ਕਰਕੇ ਹੈ ਕਿ ਬਹੁਤ ਸਾਰੇ ਅਕਾਲੀ ਨੇਤਾ ਜਿਹੜੇ ਹੈਗੇ ਆ ਉਹ ਇਹ ਨਾ ਹੋਵੇ ਕਿ ਪਾਰਟੀ ਛੱਡ ਜਾਣ, ਅਕਾਲੀ ਦਲ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਚਲੇ ਜਾਣ, ਹੋ ਸਕਦਾ ਆਮ ਆਦਮੀ ਪਾਰਟੀ ਚਲੇ ਜਾਣ, ਹੋ ਸਕਦਾ ਕਿ ਬੀਜੇਪੀ ਸ਼ਾਮਿਲ ਹੋ ਜਾਣ, ਕਿਉਂਕਿ ਬੀਜੇਪੀ ਨੂੰ ਬਹੁਤ ਵੱਡੀ ਲੀਡਰਸ਼ਿਪ ਚਾਹੀਦੀ ਹੈ। ਉਹ ਹਜੇ ਤੱਕ ਸਿਰਫ 23 ਸੀਟਾਂ ਤੇ ਸੀ, ਬਹੁਤ ਸਾਰਾ ਏਰੀਆ ਇੱਦਾਂ ਦਾ ਹੈਗਾ ਜਿੱਥੇ ਉਹ ਜਾ ਸਕਦੇ ਆ। ਆਲਰੇਡੀ ਬੀਜੇਪੀ ਨੇ ਅਸਮ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਤਜਰਬਾ ਕੀਤਾ ਹੈ ਜਿੱਥੇ ਉਹ ਉਹਨਾਂ ਕੋਲ ਕੁਛ ਨਹੀਂ ਸੀ ਲੇਕਿਨ ਉਹ ਦੂਜੀਆਂ ਪਾਰਟੀਆਂ ਨੂੰ ਵੱਡੀ ਪਾਰਟੀ ਨੂੰ ਤੋੜ ਕੇ ਲਿਆਏ ਤੇ ਅੱਜ ਉੱਥੇ ਰਾਜ ਕਰ ਰਹੇ ਆ। ਇਸ ਤਰ੍ਹਾਂ ਦਾ ਹੀ ਉਹ ਇੱਕ ਤਜਰਬਾ ਇੱਥੇ ਵੀ ਕਰਨਾ ਚਾਹੁੰਦੇ ਆ ਕਿ ਯਾਰ ਬੀਜੇਪੀ ਨੇ ਤਾਂ ਆਪਣੀ ਪੂਰੀ ਤਾਕਤ ਲਗਾ ਲਈ, ਜਿਹੜਾ ਮਤਲਬ ਕਾਡਰ ਵੋਟ ਹੈ ਉਹ ਤਾਂ 23 ਸੀਟਾਂ ਤੋਂ ਉੱਪਰ ਜਾ ਨਹੀਂ ਸਕੇ, ਇਸ ਤੋਂ ਬਾਅਦ ਅੱਗੇ ਪੰਖ ਫੈਲਾ ਨਹੀਂ ਪਾਏ ਆਪਣੇ। ਹੁਣ ਕੀ ਆਪਾਂ ਕੋਈ ਇਸ ਤਰ੍ਹਾਂ ਦਾ ਕੋਈ ਹੋਰ ਬੀ ਪਲਾਨ ਵੀ ਤਿਆਰ ਕਰ ਸਕਦੇ ਹਾਂ ਵੀ ਜਿਸ 'ਚੋਂ ਦੂਜੀਆਂ ਪਾਰਟੀਆਂ ਨੂੰ ਤੋੜ ਕੇ ਇੱਧਰ ਕਰ ਲਿਆ ਜਾਏ, ਜਿਵੇਂ ਕਾਂਗਰਸ ਨੂੰ ਵੱਡੇ ਵੱਡੇ ਲੀਡਰ ਤੁਸੀਂ ਦੇਖ ਲਓ ਇੱਧਰ ਆ ਚੁੱਕੇ ਨੇ, ਇਸ ਤਰ੍ਹਾਂ ਹੀ ਅਕਾਲੀ ਦਲ ਦੇ ਵੀ ਤਿਆਰ ਬੈਠੇ ਨੇ ਉਹਨਾਂ ਕੋਲੇ। ਤਾਂ ਇੱਕ ਜਿਹੜੀ ਮੈਂ ਗੱਲ ਉਦੋਂ ਕਰ ਰਿਹਾ ਸੀਗਾ ਵੀ ਜਿਵੇਂ ਉਹਨਾਂ ਨੇ ਵੱਡੀਆਂ ਪਾਰਟੀਆਂ ਨੂੰ ਤੋੜ ਕੇ, ਚਾਹੇ ਉਹ ਸ਼ਿਵ ਸੈਨਾ ਹੋਵੇ ਚਾਹੇ NCP ਹੋਵੇ, ਉਹਨਾਂ ਦੇ ਜਿਹੜੇ ਬਾਗੀ ਗਰੁੱਪ ਨੇ ਉਹਨਾਂ ਨੂੰ ਸਪੋਰਟ ਕਰਕੇ ਆਪਣੇ NDA ਦੀ ਸੰਖਿਆ ਉਸੇ ਤਰ੍ਹਾਂ ਹੀ ਰੱਖੀ ਹੋਈ ਹੈ, ਸੇਮ ਹੀ ਅਕਾਲੀ ਦਲ 'ਚ ਕਰਨਗੇ ਉਹ। ਅਕਾਲੀ ਔਰ ਅਕਾਲੀ ਫਿਰ ਢੀਂਡਸਾ ਸਾਹਿਬ ਨੇ ਇਹ ਕਹਿ ਦਿੱਤਾ ਹੈਗਾ ਕਿ ਅਸੀਂ ਸਾਨੂੰ ਵੀ ਇੱਕ ਸੁਨੇਹਾ ਆ ਗਿਆ ਕਿ ਜਿਹੜੀ ਮੀਟਿੰਗ ਉੱਤੇ ਹੋਣੀ ਹੈ NDA ਦੀ 25 ਸਾਲਾਂ ਪੂਰੇ ਹੋਣ ਦੇ ਉੱਤੇ, ਉਹ 'ਚ ਸਾਨੂੰ ਵੀ ਸ਼ਾਮਿਲ ਹੋਣ ਦਾ ਮੌਕਾ ਮਿਲ ਗਿਆ। ਇਹਦਾ ਮਤਲਬ ਅਕਾਲੀ ਦਲ ਦਾ ਇੱਕ ਜਿਹੜਾ ਬਾਗੀ ਗਰੁੱਪ ਹੈਗਾ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ 'ਚ ਉੱਥੇ ਜਾਏਗਾ। ਸੋ ਉਹ ਆਪਣੇ ਉਸ 'ਚ ਪੂਰਾ ਕਰ ਰਹੇ ਤੇ ਮੈਨੂੰ ਇਹ ਲੱਗ ਰਿਹਾ ਹੈ ਕਿ ਜੇ BJP ਉਹਨਾਂ ਨੂੰ ਸਪੋਰਟ ਕਰਦੀ ਹੈ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਗਰੁੱਪ ਨੂੰ, ਤਾਂ ਹੋ ਸਕਦਾ ਵੀ ਬਹੁਤ ਸਾਰੇ ਅਕਾਲੀ ਲੀਡਰ ਜਿਹੜੇ ਹੈਗੇ ਆ ਉਹ ਸੁਖਦੇਵ ਸਿੰਘ ਢੀਂਡਸਾ ਦੇ ਗਰੁੱਪ 'ਚ ਵੀ ਸ਼ਾਮਿਲ ਹੋ ਜਾਣ। ਇਸ ਤਰ੍ਹਾਂ ਦੀ ਕਵਾਇਦ ਇੱਕ ਚੱਲਦੀ ਮੈਨੂੰ ਦਿਖ ਰਹੀ ਹੈ। ਹਾਂ, ਇਹ ਕਾਫੀ ਆਉਂਦੇ ਦਿਨ ਬੜੇ ਸਰਗਰਮੀ ਭਰਪੂਰ ਹੋ ਸਕਦੇ ਆ ਕਿ ਜੇ ਉਹਨਾਂ ਥਾਪੜਾ ਦਿੱਤਾ ਭਾਸਕਰ ਸਾਹਿਬ ਢੀਂਡਸਾ ਸਾਹਿਬ ਨੂੰ, ਤੇ ਇਹ ਨਾ ਹੋਵੇ ਕਿ ਫਿਰ ਅਕਾਲੀ ਦਲ ਕਿਹੜਾ ਅਕਾਲੀ ਦਲ, ਅਹਿਮ ਅਕਾਲੀ ਦਲ, ਮੇਨ ਅਕਾਲੀ ਦਲ ਇਹਦੇ ਰੌਲਿਆਂ 'ਚ, ਕਿਉਂਕਿ ਢੀਂਡਸਾ ਦਾ ਕਿਸੇ ਨਾਲ ਕੋਈ ਰੌਲਾ ਹੈ ਨਹੀਂ। ਢੀਂਡਸਾ ਦੀ ਸ਼ਖਸੀਅਤ, ਉਹਨਾਂ ਦਾ ਵਿਅਕਤਿਤਵ ਐਸਾ ਨਹੀਂ ਕਿ ਉਹਨਾਂ ਦੇ ਕਿਸੇ ਨਾਲ ਪੰਗੇ ਹੋਣ, ਔਰ ਬੜੇ ਸੌਫਟ ਸਪੋਕਨ ਨੇ ਤੇ ਸਾਰਿਆਂ ਨਾਲ ਠੀਕ ਠਾਕ ਵੀ ਨੇ। ਗੱਲ ਤਾਂ ਸੰਕੇਤਕ ਹੁੰਦੀ ਹੈ, ਗੱਲ ਤਾਂ ਉੱਪਰਲੀ ਪਾਵਰ ਦੀ ਹੁੰਦੀ ਹੈ। ਇਹਦਾ ਮਤਲਬ ਹੈ ਕਿ ਆਉਂਦੇ ਦਿਨ ਅਕਾਲੀ ਦਲ ਲਈ ਕਾਫੀ ਪੰਗੇ ਵਾਲੇ ਹੋ ਸਕਦੇ ਆ। ਇਹਦੇ ਵਿੱਚ ਇੱਕ ਚੀਜ਼ ਨਾਲ ਸ਼ਾਮਿਲ ਜ਼ਰੂਰ ਕਰ ਦਿਓ, ਜਿਹੜੀ 17-18 ਦੀ ਮੀਟਿੰਗ ਹੈ ਪ੍ਰਸਤਾਵਿਤ ਹੈ ਜਿਹੜੀ ਬਾਕੀ ਦਲਾਂ ਦੀ, ਉਹਦੇ ਵਿੱਚ ਸੋਨੀਆ ਗਾਂਧੀ ਜਾਂ ਬਾਕੀ ਚੀਜ਼ਾਂ ਦੀ ਗੱਲ, ਉਹ ਵੀ ਨਾਲ ਤੋਰ ਦਿਓ। ਬੜੀ ਇੱਕ ਇੰਟਰਸਟਿੰਗ ਗੱਲ ਹੈਗੀ ਹੈ, ਜੁਲਾਈ 17 ਤੇ 18 ਦੋ ਦਿਨ ਇੱਦਾਂ ਦੇ ਹੈਗੇ ਨੇ ਜਦ ਦੇਸ਼ ਦੀ ਰਾਜਨੀਤੀ ਦੇ ਵਿੱਚ ਰੌਣਕਾਂ ਲੱਗਣਗੀਆਂ। ਇੱਕ ਰੌਣਕ ਲੱਗੇਗੀ ਦਿੱਲੀ, ਦੂਜੀ ਲੱਗੇਗੀ ਬੈਂਗਲੁਰੂ। ਬੈਂਗਲੁਰੂ ਦੇ ਵਿੱਚ 18 ਤਰੀਕ ਨੂੰ ਉਹ ਜਿਹੜੀ June 23 ਨੂੰ ਮੀਟਿੰਗ ਹੋਈ ਸੀ ਪਟਨਾ ਸਾਹਿਬ ਦੇ ਵਿੱਚ, ਉਹ ਤਾਂ ਦੂਜਾ ਦੌਰ ਸ਼ੁਰੂ ਹੋਏਗਾ। ਪਿਛਲੀ ਮੀਟਿੰਗ ਦੇ ਵਿੱਚ 15 ਪਾਰਟੀਆਂ ਸ਼ਾਮਿਲ ਹੋਈ ਸੀ, ਐਤਕੀ 24 ਨੂੰ ਇਨਵੀਟੇਸ਼ਨ ਦੇ ਦਿੱਤਾ। ਔਰ ਜਿੱਥੇ ਤੱਕ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਾਹਿਬ ਦਾ ਇੱਕ ਵਾਰਨਿੰਗ ਕਹਿ ਲਓ, ਕਾਂਗਰਸ ਨੂੰ ਇੱਕ ਅਪੀਲ ਕਹਿ ਲਓ ਜਿਹੜੀ ਕੀਤੀ ਸੀਗੀ ਆਰਡੀਨੈਂਸ ਦੇ ਮੁੱਦੇ ਤੇ, ਆਪਣਾ ਕਲੈਰੀਫਾਈ ਕਰੋ ਸਟੈਂਡ, ਉਸ ਮੁੱਦੇ ਦੇ ਉੱਤੇ ਵੀ ਕਾਂਗਰਸ ਹੁਣ ਅੱਗੇ ਵੱਧਦੀ ਨਜ਼ਰ ਆ ਰਹੀ ਹੈ। ਭਾਵੇਂ ਪੰਜਾਬ ਦੇ ਤੇ ਦਿੱਲੀ ਦੇ ਲੀਡਰਾਂ ਨੇ ਕੇਜਰੀਵਾਲ ਉਹਨਾਂ ਨੂੰ ਕਿਸੇ ਵੀ ਸਪੋਰਟ ਦਿੱਤੇ ਜਾਣ ਦੀ ਇੱਕ ਤਰੀਕੇ ਨਾਲ ਕ੍ਰਿਟੀਸਾਈਜ਼ ਕੀਤਾ ਸੀਗਾ, ਅਪੋਜ਼ ਕੀਤਾ ਸੀਗਾ, ਪਰ ਉਸ ਮੁੱਦੇ ਦੇ ਉੱਤੇ July 15 ਨੂੰ ਜਦ ਪਾਰਲੀਮੈਂਟ ਦੇ ਵਿੱਚ ਅਪਣਾਈ ਜਾਣ ਵਾਲੀ ਸਟ੍ਰੈਟੇਜੀ ਨੂੰ ਕਾਂਗਰਸ ਫਾਈਨਲਾਈਜ਼ ਕਰੇਗੀ, ਤੇ ਖਬਰਾਂ ਨਿਕਲ ਕੇ ਆ ਰਹੀ ਹੈ ਕਿ ਆਰਡੀਨੈਂਸ ਨੂੰ ਸਪੋਰਟ, ਆਰਡੀਨੈਂਸ ਦਾ ਵਿਰੋਧ ਕਰਨ ਵਾਸਤੇ ਕਾਂਗਰਸ ਆਪਣੀ ਕੰਸੈਂਟ ਦੇ ਦੇਗੀ, ਤੇ ਫਿਰ ਕੇਜਰੀਵਾਲ ਸਾਹਿਬ ਦੇ ਕੋਲ ਕੋਈ ਹੋਰ ਕਾਰਨ ਨਹੀਂ ਹੋਏਗਾ ਕਿ ਉਹ ਇਸ 18 ਜੁਲਾਈ ਦੀ ਮੀਟਿੰਗ 'ਚ ਨਾ ਜਾਣ। 17 ਜੁਲਾਈ ਨੂੰ ਇੱਕ ਡਿਨਰ ਰੱਖਿਆ ਬੈਂਗਲੁਰੂ ਦੇ ਵਿੱਚ, ਜਿਹਦੇ ਵਿੱਚ ਸੋਨੀਆ ਗਾਂਧੀ ਵੀ ਹੋਣਗੀ, ਕਿਉਂਕਿ ਸੋਨੀਆ ਗਾਂਧੀ 18 ਨੂੰ ਵੀ ਮੀਟਿੰਗ ਜਾਏਗੀ, ਔਰ 18 ਜੁਲਾਈ ਨੂੰ ਵੀ ਦਿੱਲੀ ਦੇ ਵਿੱਚ NDA ਦੀ ਮੀਟਿੰਗ ਹੈਗੀ ਹੈ। ਉਹ ਵੀ ਆਪਣੀ ਤਾਦਾਦ ਵਧਾ ਰਹੇ ਨੇ। ਜਦ NDA ਹੁੰਦੀ ਸੀਗੀ, NDA ਜਦ ਬਣੀ ਸੀਗੀ 1998 ਦੇ ਵਿੱਚ,
उस टाइम 20 पार्टियां होंदी सी, हुण 20 दी संख्या नूं उत्ते करन दी कोशिश बीजेपी दी भी है और दूजी जगह 24 बुलाई हुई है। हुण होर पार्टियां कित्थों लै के आओगे कि 24 उत्थे गई 20 इत्थे आ गई और 20 और 24 विचों 20, क्योंकि बीजेपी दी हजे तक स्ट्रैटेजी है वे कि जिहड़ी उस जून 23 दी मीटिंग दे विच एनसीपी शामिल हुई सी उहदी अद्धी ट्राली ते खाली करा ली नाके ते, यानी अजीत पवार वर्गा सवारियां उतार ली ते हुण हैगे ने उह बीजेपी दे नाल। और दूजे पासे उद्धव ठाकरे उन्हां दा भी यही हाल होया कि शिवसेना जिहड़ी जुलाई जिहड़ी 1998 दे विच पार्ट होंदी सी एनडीए दी, ਉਹ ਵੀ ਅੱਧੀ ਕੁ ਲੈ ਗਏ ਔਰ ਸ਼ਿੰਦੇ ਸਾਹਿਬ ਨੂੰ ਮੁੱਖ ਮੰਤਰੀ ਵੀ ਬਣਾ ਲਿਆ। ਹੁਣ ਸਾਰੀ ਗੱਲ ਹੈਗੀ ਹੈ, ਯਾਦ ਕਰੋ 2004 ਜਦ ਸਰਕਾਰ ਸੀਗੀ ਵਾਜਪਾਈ ਸਾਹਿਬ ਦੀ, ਇੰਡੀਆ ਸ਼ਾਈਨਿੰਗ ਦਾ ਨਾਰਾ ਸੀਗਾ, ਯੂਪੀਏ ਬਣਾਈ ਸੀਗੀ ਤੇ 10 ਸਾਲ ਲਗਾਤਾਰ ਯੂਪੀਏ ਜਿੱਤੀ। ਉਹ ਸਾਰੀ ਯੂਪੀਏ ਦੀ ਪਾਰਟੀਆਂ ਨੂੰ ਹੁਣ ਬੈਂਗਲੁਰੂ ਦੇ ਵਿੱਚ ਬੁਲਾਇਆ ਗਿਆ ਕਿ ਆਓ ਦੁਬਾਰਾ ਇਕੱਠੇ ਹੋ ਜਾਈਏ, ਇਕੱਠੇ ਹੁੰਦੇ ਆ ਕਿ ਨਹੀਂ ਹੁੰਦੇ। ਦੂਜੇ ਪਾਸੇ ਇੱਕ ਹੋਰ ਖਬਰ ਨਿਕਲ ਕੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਵੀ ਇੱਕ ਤੀਜਾ ਫਰੰਟ ਬਣਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ, ਭਾਵੇਂ ਤੇਲੰਗਾਨਾ ਦੇ ਵਿੱਚ ਬੀਆਰਐਸ ਹੋਏ, ਮਹਾਰਾਸ਼ਟਰ ਦੇ ਵਿੱਚ ਐਨਸੀਪੀ ਹੋਏ ਔਰ ਕਈ ਪੋਲੀਟੀਕਲ ਪਾਰਟੀਆਂ ਨਾਲ ਸਿੱਧੀ ਗੱਲਬਾਤ ਵੀ ਅਰਵਿੰਦ ਕੇਜਰੀਵਾਲ ਉਹਨਾਂ ਦੀ ਹੋ ਰਹੀ ਹੈ। ਕਿਉਂ ਨਾ ਆਪਾਂ ਤੀਜਾ ਫਰੰਟ ਬਣਾਈਏ ਤਾਂ ਕਿ ਇਹਨਾਂ ਦੇ ਨਾਲ, ਬੀਆਰਐਸ ਨੇ ਤਾਂ ਇਹ ਗੱਲ ਸਾਫ਼ ਕਰਤੀ ਹੈ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਮੋਦੀ ਉਹਨਾਂ ਦੇ ਖਿਲਾਫ਼ ਨਹੀਂ ਚੱਲਾਂਗੇ, ਅਸੀਂ ਤੇ ਪਬਲਿਕ ਵੈਲਫੇਅਰ ਦੀ ਸਕੀਮ ਕਿਹੜਾ ਵੀ ਗਠਬੰਧਨ ਜਿਹੜਾ ਕਰੇਗਾ ਉਹਦੇ ਨਾਲ ਤੁਰਾਂਗੇ। ਇਹ ਸਾਰੀ ਜਿਹੜੀ ਖਿਚੜੀ ਬਣਨ ਜਾ ਰਹੀ ਹੈ, ਉਸ ਖਿਚੜੀ ਦੇ ਵਿੱਚ ਕਿਹਦੇ ਕੋਲ ਦਾਲ ਜ਼ਿਆਦਾ, ਕਿਹਦੇ ਕੋਲ ਚੌਲ ਜ਼ਿਆਦਾ, ਇਹ ਦੇਖਣ ਵਾਲੀ ਗੱਲ ਹੈਗੀ ਹੈ ਜੁਲਾਈ 17 ਤੇ 18 ਜੀ। ਇਹ ਮੌਕਾ ਪ੍ਰਸਤੀ ਦੀ ਰਾਜਨੀਤੀ ਵੀ ਕਈ ਵਾਰੀ ਮੰਨੀ ਜਾਂਦੀ ਹੈ ਕਿ ਤੁਸੀਂ ਲੀਕ ਖਿੱਚ ਕੇ ਕਿਸੇ ਧਿਰ ਦੇ ਖਿਲਾਫ ਜਾਂ ਕਿਸੇ ਧਿਰ ਦੇ ਨਾਲ ਹੋਣ ਨਾਲੋਂ ਆਪਣੀ ਡਫਲੀ ਵਜਾਓ ਤੇ ਜਿਹਦੇ ਨਾਲ ਜਾਣਾ ਪਵੇ ਉਹਦੇ ਨਾਲ ਚਲੇ ਜਾਓ। ਕੇਜਰੀਵਾਲ ਸਾਹਿਬ ਦੇ ਗੱਠਜੋੜ ਜੇ ਵੱਖਰੀ ਤਰ੍ਹਾਂ ਤੀਜੀ ਧਿਰ ਕੋਈ ਬਣਦੀ ਹੈ ਤੇ ਉਹਦਾ ਇਹੀ ਅਪਰੋਚ ਹੋਊਗੀ ਕਿ ਅਗਲੇ 5 ਸਾਲ ਜੇਕਰ ਮੁੜ ਕੇ ਨਰਿੰਦਰ ਮੋਦੀ ਸੱਤਾ 'ਚ ਆ ਜਾਂਦੇ ਆ ਤੇ 5 ਸਾਲ ਵਿਰੋਧੀ ਬਣ ਕੇ ਬੈਠਣ ਨਾਲੋਂ ਚੰਗਾ ਹੈ ਕਿ ਨੈਗੋਸੀਏਸ਼ਨ ਵਾਲਾ ਦੌਰ ਜਿਹੜਾ ਨਾ, ਨੈਗੋਸੀਏਸ਼ਨਸ ਉਹ ਕੈਰੀ ਔਨ ਹੋਣ, ਉਹ ਨਾਲ ਤੋਰੀਏ ਅੱਗੇ ਲੈ ਕੇ ਚੱਲੀਏ। ਹੁਣ ਇਸ ਵੇਲੇ ਸਭ ਤੋਂ ਵੱਡਾ ਸੰਕਟ ਇਹਨਾਂ ਪਾਰਟੀਆਂ ਨੂੰ ਇਹੀ ਹੋਊਗਾ ਕਿ ਜੇਕਰ ਸ਼ਰਦ ਪਵਾਰ ਦੀ ਪਾਰਟੀ ਤੋੜੀ ਜਾ ਸਕਦੀ ਹੈ, ਅਜੇ ਦਿਨ ਬੜੇ ਪਏ ਆ, ਮਹੀਨੇ ਬੜੇ ਪਏ ਆ, ਇਹ ਨਾ ਹੋਵੇ ਕਿ ਅਸੀਂ ਉਹਨਾਂ ਦੇ ਖਿਲਾਫ਼ ਜਾਂਦੇ ਜਾਂਦੇ ਆਪਣੀ ਜਿਹੜੀ ਤਾਕਤ ਉਹ ਵੀ ਗਵਾ ਬੈਠੀਏ, ਸਾਡੇ 'ਚ ਵੀ ਸਾਨੂੰ ਲੱਗ ਜਾਣ, ਇਹ ਵੀ ਬੜਿਆਂ ਨੂੰ ਡਰ ਮਾਰਦੇ ਆ। ਮੈਂ ਇੰਦਰਪ੍ਰੀਤ ਜੀ ਲਾਸਟ ਖਬਰ 'ਤੇ ਜਾਣਾ ਚਾਹੂੰਗਾ ਔਰ ਉਹ ਖਬਰ ਬੜੀ ਅਹਿਮ ਆ ਕਿ GST ਦੇ ਮਾਮਲਿਆਂ 'ਚ ਬਹੁਤ ਸਾਰੇ ਝੋਲ ਆ। ਔਰ ਕੱਲ੍ਹ ਹੀ ਜਦੋਂ ਹਰਪਾਲ ਚੀਮਾ ਟੈਕਸ ਟੈਰਰਿਜ਼ਮ ਦੀ ਗੱਲ ਕਰ ਰਹੇ ਆ ਔਰ GST ਤੇ ED ਦਾ ਛਾਇਆ ਉਹ ਦੇਖ ਰਹੇ ਆ, ਉਸ ਵੇਲੇ ਕੀ ਪੰਜਾਬ GST ਦੇ ਮੈਮੋਰੈਂਡਮ ਦੀਆਂ ਮਤਾਂ ਦੇ ਵਿੱਚ ਜਿਹੜੀ ਪਈ ਹੋਈ ਧਾਰਾ ਹੈ ਕਿ ਜੇ ਕੋਈ ਰਾਜ ਇਹ 'ਚੋਂ ਵੱਖਰਾ ਹੋਣਾ ਚਾਹੇ ਜਾਂ ਕੀ ਇਸ ਤਰ੍ਹਾਂ ਦੇ ਕੋਈ ਪ੍ਰਾਵਧਾਨ ਹੈਗੇ ਆ ਕਿ ਪੰਜਾਬ ਲੀਕ ਖਿੱਚ ਕੇ ਇਹਨਾਂ ਮਾਮਲਿਆਂ ਦੇ ਵਿੱਚ ਕੇਂਦਰ ਨਾਲ ਮੱਥਾ ਲਾਉਣ ਲਈ ਤਿਆਰ ਹੋ ਸਕਦਾ, ਜਦੋਂ ਕਿ ਉਹਨਾਂ ਦੇ ਆਪਣੇ ਸੁਪਰੀਮੋ ਵਿਚਲਾ ਰਾਖ ਤਿਆਰ ਕਰਦੇ ਆ ਤਾਂ ਇਹ ਪੂਰੀ ਤਰ੍ਹਾਂ ਲੜ ਸਕਣਗੇ ਉਹਨਾਂ ਦੇ ਇਸ ਸਟੈਂਡ ਦੇ ਨਾਲ ਨਾਲ? ਇੰਦਰਪ੍ਰੀਤ ਜੀ, ਰੰਧਾਵਾ ਸਾਹਿਬ, ਦੇਖੋ GST ਜਿਸ ਮਕਸਦ ਨਾਲ ਲਾਗੂ ਕੀਤੀ ਗਈ ਸੀ, ਅੱਜ ਜਦੋਂ ਕਿ 5-6 ਸਾਲ ਹੋ ਗਏ GST ਲਾਗੂ ਹੋਏ ਨੂੰ, ਤਾਂ ਅਸੀਂ, ਮੈਨੂੰ ਲੱਗਦਾ ਕਿ ਉਹਦੀ ਪੜਚੋਲ ਤਾਂ ਕਰਨੀ ਬਣਦੀ ਹੈ, ਖਾਸ ਤੌਰ 'ਤੇ ਪੰਜਾਬ ਵਰਗੀ ਸਟੇਟ ਨੂੰ, ਜਿਹੜੀ ਇਹ ਸੋਚ ਰਹੀ ਸੀ ਕਿ ਕਿਉਂਕਿ ਅਸੀਂ ਸਭ ਤੋਂ ਜ਼ਿਆਦਾ ਖਪਤ ਵਾਲੇ ਸਟੇਟ ਹਾਂ, ਸਾਨੂੰ ਬਹੁਤ ਫਾਇਦਾ ਹੋਊਗਾ ਇਹਦਾ। ਤੁਹਾਨੂੰ ਯਾਦ ਹੋਊਗਾ ਮਨਪ੍ਰੀਤ ਬਾਦਲ, ਕੈਪਟਨ ਅਮਰਿੰਦਰ ਤਾਂ ਬਹੁਤ ਸੋਹਲੇ ਗਾਉਂਦੇ ਜਿਹਦੇ ਕਿ ਇਹਦਾ ਤਾਂ ਇਹ ਪਤਾ ਨਹੀਂ ਕੀ ਹੋ ਜਾਏਗਾ ਇਹਦੇ ਨਾਲ। ਤੇ ਅੱਜ ਜਦੋਂ ਅਸੀਂ 6 ਸਾਲ ਬਾਅਦ ਇਸ ਗੱਲ ਦੀ ਪੜਚੋਲ ਕਰ ਰਹੇ ਹਾਂ ਤਾਂ ਲੱਗ ਰਿਹਾ ਕਿ ਨਹੀਂ, ਅਸੀਂ ਤਾਂ ਉਹਦਾ ਵੈਟ ਵਾਲਾ ਰਜ਼ੀਮ ਸੀ ਉਸ ਤੋਂ ਵੀ ਪਿੱਛੇ ਜਾ ਰਹੇ ਹਾਂ। ਸੋ ਇੱਕ ਤਾਂ ਇਹ ਇਸ਼ੂ ਹੈ, ਇੱਕ ਹੈ ਕਿ ਅਸੀਂ ਇਸ ਗੱਲ, ਸਾਨੂੰ ਇਸ ਗੱਲ ਦਾ ਕੋਈ ਅਧਿਕਾਰ ਵੀ ਨਹੀਂ ਰਹਿ ਗਿਆ ਕਿ ਯਾਰ ਅਸੀਂ ਕਿਸੇ ਚੀਜ਼ 'ਤੇ ਟੈਕਸ ਲਗਾ ਸਕੀਏ ਜਾਂ ਘਟਾ ਸਕੀਏ, ਅਸੀਂ ਉਸ 'ਤੇ ਵੀ ਉਸ ਤੋਂ ਨਹੀਂ ਰਹੇ ਕਿਉਂਕਿ ਇਹ ਸਾਰਾ ਦਾ ਸਾਰਾ ਤੁਸੀਂ ਦੇਖੋ ਉਹਨਾਂ ਨੇ ਲੈ ਲਿਆ। ਬਹੁਤ ਸਾਰੀਆਂ ਚੀਜ਼ਾਂ 'ਤੇ ਉਹ, ਮਤਲਬ ਗਵਰਨਮੈਂਟ ਆਫ ਇੰਡੀਆ ਜਿਹੜੀ ਆ ਉਹ ਕਿਸੇ ਆਨੇ ਬਹਾਨੇ ਕਬਜ਼ੇ ਕਰਨ 'ਤੇ ਲੱਗੀ ਹੋਈ ਹੈ, ਚਾਹੇ ਉਹ ਇੱਥੇ ਪੰਜਾਬ ਦੇ ਵਿੱਚ NIA ਦੇ ਦਫ਼ਤਰ ਖੋਲ੍ਹਤੇ ਕਿ ਜਿਹੜੇ ਵੱਡੇ ਅਪਰਾਧ ਨੇ ਉਹਨਾਂ ਨੂੰ ਉਹਨਾਂ ਨੇ ਕੰਟਰੋਲ ਕਰ ਲਿਆ, GST ਲਾਗੂ ਕਰਕੇ ਸਾਰਾ ਟੈਕਸ ਸਿਸਟਮ ਉਹ ਆਪਣੇ ਕੋਲ ਲੈ ਗਏ ਹੈ, ਸਾਰੀ ਕਲੈਕਸ਼ਨ ਉਹਨਾਂ ਕੋਲ ਹੋ ਗਈ ਹੈ। ਸੋ ਇਸ ਤਰ੍ਹਾਂ ਦੇ ਜੇ ਤੁਸੀਂ ਇੱਕ ਇੱਕ ਕਰਕੇ ਦੇਖੋਗੇ ਨਾ ਤਾਂ ਤੁਹਾਨੂੰ ਇਹ ਲੱਗੂਗਾ ਯਾਰ ਵੀ ਸਾਰੇ ਦਾ ਸਾਰਾ ਕੁਛ ਹੀ ਉਹ ਤਾਂ ਜਿਹੜਾ ਹੈਗਾ ਹੁਣ ਸੈਂਟਰ ਗਵਰਨਮੈਂਟ ਕੋਲ ਹੀ ਹੈ, ਸਟੇਟਾਂ ਕੋਲੇ ਤਾਂ ਹੁਣ ਕੁਛ ਬਚਿਆ ਹੀ ਨਹੀਂ ਹੈ। ਸਟੇਟਾਂ ਤਾਂ ਜਸਟ ਇੱਕ ਨਗਰ ਪਾਲਿਕਾ ਵਰਗੀਆਂ ਸਥਿਤੀਆਂ 'ਤੇ ਹੋ ਗਈਆਂ, ਜਿਹੜੀਆਂ ਸੈਂਟਰ ਗਵਰਨਮੈਂਟ ਤੋਂ ਫੰਡ ਮੰਗਦੀਆਂ ਰਹਿੰਦੀਆਂ ਨੇ ਵੀ ਸਾਨੂੰ ਸੜਕ ਬਣਾਉਣੀ ਹੈ, ਸਾਨੂੰ ਬਿਜਲੀ ਦੇਣੀ ਹੈ ਜਾਂ ਪਾਣੀ ਵਿਵਸਥਾ ਕਰਨੀ ਹੈ, ਉਹਦਾ ਲਈ ਸਾਨੂੰ ਗ੍ਰਾਂਟ ਦੇ ਦਿਓ। ਸੋ ਸਾਡੀਆਂ ਸਟੇਟਾਂ ਦੀ ਹਾਲਤ ਉੱਦਾਂ ਦੀ ਹੁੰਦੀ ਜਾ ਰਹੀ ਹੈ।
मैं थोड़ी गल जी अगे सिर्फ इस करके बताना चाहना भी जी कल परसों जी मीटिंग हुई है जीएसटी काउंसिल की 50वीं मीटिंग हुई है उसके विच एक इंपॉर्टेंट इशू यही सीगा कि उसके ते बहुत सारी बहस हुई उन्हें पंजाब एजेंडा ही कहते हैं जिहड़ा पास होया वह पंजाब एजेंडा ही है और जिहड़ा पिछले दो साल तो लटका है पंजाब पिछले दो साल तो यही रौला पाता आ रहा है कि जिहड़ी चीज दे खपत साडी है पर टैक्स किसी होर थां ते चला जांदा सानू उहदा फायदा ही नहीं हुंदा ते इसते जिहड़े चेंजेस सानू करनियां पैणगियां उह च सब तो इंपॉर्टेंट चीज सी वी सपोज जिवें असीं पहलां वाले थोड़ा चिर पहले ही अजे डिस्कस करके हटे हाँ कि सानू कैपिटल का कोई फायदा नहीं हो रहा स्टेट कैपिटल का क्योंकि स्टेट कैपिटल से अभी जिन्ना मर्जी खर्च कर लिए सू दवानी भी नहीं मिलनी वो सारे का सारा सेंटर च चला जाएगा और मोस्टली खर्चा तुम देखो जो वड्डा होंगे चाहे वह कारा खरीदण का हो चाहे वह लैपटॉप वर्गिया वड्डिया चीज़ा खरीदण का हो जो महंगा जिससे वड्डा टैक्स आता वो सारे का सारा ही सेंटर चला जाता है साढ़े को कुछ आता ही नहीं है तो वह हरपाल चीमा जोड़ा है वह एक चीज मतलब मनाण सफल हो गया है उन्होंने कहा भी जदों भी कोई चीज परचेज की जाए तो परचेजर का एड्रैस होना चाहिए ना कि सेल वाले का एड्रैस होना चाहिए तो जे परचेजर का एड्रैस होएगा तो समझो तुसी अमृतसर तो आके चंडीगढ़ के कोई चीज़ खरीद करते हो तो थोड़े तो पता करेगा भी बंदा भी कितने जानी है तो तुसी कह सकते हो जी मैं अमृतसर का तो अमृतसर लिख देगा तो नाल दी नाल उहदा टैक्स जिहड़ा हैगा आई एस जी सी दे थ्रू पंजाब नूं आ जाएगा जिहड़ा कि हजे सानू नहीं आता सो ये बहुत साढ़े नूं नुकसान हो रहा खास तौर पर कैपिटल का तो सानू कोई भी फायदा नहीं हो रहा हर स्टेट नूं उहदी कैपिटल का बहुत फायदा होंदा हुंदा है मैनूं याद है एक बारी सुनील जाखड़ होरां ने विधानसभा दे विच इह इशू रख्या सी भी पिछले सालां च 5,000 करोड़ रुपए की जिहड़ी जमीन है वह यूटी ने बेचती है चंडीगढ़ दे विच और उस तों सानूं तां कोई हिस्सा मिलिया ही नहीं अस वह यूटी साडा सिर्फ केयरटेकर है वह मालक नहीं है मालक पंजाब ही है तो सानूं क्यों नहीं उहदा हिस्सा दिता ये गल उन्होंने कहा कि असं इतों उठाइए पर वो जिस तरह होंगे कि कभी इन्हों गलों से कोई ज्यादा डिठ के कोई बहस ही नहीं करता वो गल उ रुल गई तो हूँ जरूर वो दोबारा पंजाब के प्रधान बन गए तो हूँ वह इस गलू उठाएंगे कि नहीं या किस तरह उठाएंगे ये आने वाला टाइम दसेगा पर मैं जी गल इस जिस पर मैं जोर दे रहा यहीगा कि देखो जी एस टी के उत्ते जी एस टी सारिया स्टेटा का एक पेट्रोल है एक तरह का जिससे साड़ी आर्थिकता चलती है जे उ मतलब सही नहीं है तो मैं लगता भी फिर सूँ ये तरीकेकार भी सोचने पैणगे यार भी असं बहर किमें आ सकते हैं ये जिहड़ियां स्टेटा विरोध कर दियां ने उन्हों ये तरीके भी सोचने चाहिए भी भाई कि यदा बहर आने का भी कोई तरीका है कि नहीं है नहीं तो घट्टो घट पोलीटिकल तौर पर तो तुम दबाओ सेंटर गौरमेंट के उत्ते बना ही सकते हो ना कि जे तुम इदा नहीं करोगे फिर असं सुप्रीम कोर्ट से जाने तो अलावा साढ़े कोई हथियार नहीं रह जाता ये सानू यूज करना ही पड़ेगा। इंद्रप्रीत जी तुसी एक गल कीती है पहला कि सुनील जाखड़ ने मुद्दा उठाया लेकिन किसी का बहुत ध्यान नहीं सी तवज्जो नहीं दित्ती ये साढ़े पॉलिटिशियंस नू गल समझ लैनी चाहिए आ कि इतिहास बोलता है जिन्हां ने कुछ किया प्रताप सिंह कैरों का जिक्र आउंदा पंजाब नू नवें सिरों व्यंतन का जिक्र आउंदा है लक्ष्मण सिंह गिल का जिक्र आउंदा भाषा का जिक्र आउंदा है नाल दी नाल पेंडू सड़कां का जिक्र आउंदा है तुसी कैप्टन अमरिंदर सिंह नू लख जो मर्जी कही चलो लेकिन जदों पाणियां दे मामले की गल आउंदी है उन्हां दा जिक्र छिड़दा ही छिड़दा है। सो जिहड़े भी सियासतदान ये समझदे है कि यार एवें डर चों निकलना है उन्हां नू ये मन लैना चाहिए कि कोई ऐसा अपने लोगों लिए इतिहासक काम करो जिन्हां ने तुहानू इस वास्ते चुनिया कि तुसी उन्हां दे सही तर्जमान बणोगे। आपां इस गल नू बाद नू इत्थे ही विराम दिंदे आ असीं इहनू होर अगे वधावांगे अगले एपीसोड च। बहुत मेहरबानी बहुत धन्यवाद। थैंक यू।